ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਅੱਜ ਜ਼ਿਕਰ ਹੋਵੇਗਾ ਕਰੋਨਾ ਵਾਇਰਸ ਦੀ ਵਜ੍ਹਾ ਕਰਕੇ ਅਸੀਂ ਆਪਣੇ ਰਿਸ਼ਤੇ, ਅਸੀਂ ਆਪਣਾ ਸਮਾਜਿਕ ਤਾਣਾ ਬਾਰਾ ਸਭ ਕੁਝ ਭੁੱਲਦੇ ਜਾ ਰਹੇ ਹਾਂ। ਮੈਂ ਹਾਂ ਗਗਨਦੀਪ ਚੌਹਾਨ ਅਤੇ ਜਸ ਹੈਲਪਲਾਈਨ ਅਤੇ ਟੂ ਦਾ ਪੁਆਇੰਟ ਦੇ ਵਿੱਚ ਅੱਜ ਜ਼ਿਕਰ ਉਹਨਾਂ ਖਬਰਾਂ ਦਾ ਜਿਹੜੀ ਤੁਹਾਨੂੰ ਭਾਵੁਕ ਕਰਦੀਆਂ ਨੇ, ਸਾਨੂੰ ਵੀ ਭਾਵੁਕ ਕਰਦੀਆਂ ਨੇ, ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਕਿਉਂ ਇੱਕ ਵਾਇਰਸ ਆ ਕੇ ਪੂਰੇ ਸਮਾਜ ਦੇ ਵਿੱਚ ਜਿਹੜਾ ਹੈਗਾ ਸੋਸ਼ਲ ਡਿਸਟੈਂਸਿੰਗ ਦੇ ਲਈ ਤਾਂ ਕਿਹਾ ਗਿਆ ਸੀ, ਪਰ ਸੋਸ਼ਲ ਡਿਸਟੈਂਸਿੰਗ ਤੋਂ ਇਲਾਵਾ ਜਿਹੜੀ ਅਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਜਿਹੜੀ ਦੂਰੀਆਂ ਲੈ ਕੇ ਆ ਰਹੇ ਹਾਂ, ਜਿਹੜੇ ਰਿਸ਼ਤਿਆਂ ਨੂੰ ਦੂਰ ਕਰ ਰਹੇ ਹਾਂ, ਅਜਿਹਾ ਕਿਉਂ ਦੂਰ ਕਰ ਰਹੇ ਹਾਂ? ਉਸ ਦੀ ਵਜ੍ਹਾ ਡਰ ਹੈ ਜਾਂ ਜਾਗਰੂਕਤਾ ਦੀ ਘਾਟ ਹੈ? ਬਹੁਤ ਸਾਰੇ ਸਵਾਲ ਹੈ ਕਿ ਈਵਨ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਲੈਣ ਤੋਂ ਮਾਂ ਪੁੱਤ ਇਨਕਾਰੀ ਹੋ ਗਏ, ਜੋ ਮਾਂ ਪੁੱਤ ਇਨਕਾਰੀ ਹੋ ਜਾਣ ਤਾਂ ਫਿਰ ਸਵਾਲ ਬਹੁਤ ਸਾਰੇ ਖੜ੍ਹੇ ਹੋ ਜਾਂਦੇ ਆ। ਪਰ ਇਹ ਡਰ ਹੈ ਕਿ ਜਾਗਰੂਕਤਾ ਦੀ ਘਾਟ ਹੈ, ਇਸ ਕਰਕੇ ਸਵਾਲ ਪੁੱਛਾਂਗੇ ਕਰੋਨਾ ਨੇ ਆਪਣੇ ਕਿਉਂ ਕੀਤੇ ਬੇਗਾਨੇ। ਜ਼ਿਕਰ ਕਰਦੀ ਹੈ ਤੁਹਾਡੇ ਅੱਗੇ ਕਿ ਕਿਹੜੇ ਕਿਹੜੇ ਵਿਸ਼ੇ ਆ ਸਾਡੇ ਅੱਗੇ ਆ ਚੁੱਕੇ ਆ, ਕਿਹੜੇ ਕਿਹੜੀਆਂ ਘਟਨਾਵਾਂ ਸਾਡੇ ਅੱਗੇ ਆ ਚੁੱਕੀਆਂ ਜਿਹਨਾਂ ਕਰਕੇ ਸਾਨੂੰ ਇਹ ਚਰਚਾ ਅੱਜ ਕਰਨੀ ਪੈ ਰਹੀ ਹੈ ਕਿ ਉਹਨਾਂ ਨੇ ਆਪਣੇ ਕਿਉਂ ਕੀਤੇ ਬਗਾਨੇ, ਉਹਦੀ ਵਜ੍ਹਾ ਜਿਹੜੀ ਹੈਗੀ ਹੈ, ਉਹਦੀ ਵਜ੍ਹਾ ਇਹ ਹੈਗੀ ਆ ਮ੍ਰਿਤਕਾਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰੀ ਹੋਏ ਨੇ ਪਰਿਵਾਰ। ਅੰਮ੍ਰਿਤਸਰ ਵਿੱਚ ਸਾਬਕਾ ਇੰਜੀਨੀਅਰ ਦੀ ਲਾਸ਼ ਪਰਿਵਾਰ ਨੇ ਨਹੀਂ ਲਈ, ਇਹ ਬਹੁਤ ਸਾਰੇ ਸਵਾਲ ਨੇ। ਡਿਟੇਲ ਵੀ ਤੁਹਾਡੇ ਗ੍ਰਾਫਿਕ ਦੇ ਜ਼ਰੀਏ ਤੁਹਾਡੀ ਟੀਵੀ ਸਕਰੀਨ 'ਤੇ ਹੋਵੇਗੀ। ਲੁਧਿਆਣਾ ਵਿੱਚ ਮ੍ਰਿਤਕ ਔਰਤ ਦਾ ਪਰਿਵਾਰ ਕਾਰ ਵਿੱਚ ਬੈਠਾ ਰਿਹਾ, ਨਵਾਂਗਾਓਂ ਦੇ ਮ੍ਰਿਤਕ ਨੂੰ ਚਾਰ ਲੋਕਾਂ ਦਾ ਮੋਢਾ ਨਹੀਂ ਮਿਲਿਆ। ਲੁਧਿਆਣਾ ਵਿੱਚ ਪਰਿਵਾਰ ਸ਼ਮਸ਼ਾਨ ਘਾਟ ਤੋਂ ਵੀ 100 ਮੀਟਰ ਦੂਰ ਕਾਰ ਵਿੱਚ ਹੀ ਬੈਠਾ ਰਿਹਾ, ਅੰਦਰ ਮਾਂ ਦਾ ਸੰਸਕਾਰ ਪ੍ਰਸ਼ਾਸਨ ਵੱਲੋਂ ਕੀਤਾ ਗਿਆ। ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ। ਨਵਾਂਗਾਓਂ ਵਿੱਚ ਮ੍ਰਿਤਕ ਨੂੰ ਮੋਢਾ ਵੀ ਨਹੀਂ ਮਿਲਿਆ, ਕਿਸੇ ਨੇ ਅਰਥੀ ਨੂੰ ਕੰਧਾ ਦੇਣ ਦੇ ਲਈ ਵੀ ਕੋਈ ਤਿਆਰ ਨਹੀਂ ਹੋਇਆ। ਸਾਬਕਾ ਹਜ਼ੂਰੀ ਰਾਖੀ ਦੇ ਸੰਸਕਾਰ ਤੋਂ ਇਨਕਾਰ ਕੀਤਾ ਗਿਆ ਸੀਗਾ, ਇੱਥੇ ਵੀ ਆਪਣਿਆਂ ਨੇ ਬੇਗਾਨਿਆਂ ਵਾਲਾ ਵਿਵਹਾਰ ਕੀਤਾ। ਕਿਉਂ ਕੀਤਾ? ਕਿਉਂਕਿ ਉਦੋਂ ਕਹਿੰਦੇ ਸੀ ਸੰਸਕਾਰ ਦੇ ਨਾਲ ਆ ਜਿਹੜਾ ਧੂੰਆਂ ਜਿਹੜਾ ਉਹ ਵਾਇਰਸ ਫੈਲਾਵੇਗਾ। ਉਸ ਤੋਂ ਬਾਅਦ ਸਰਕਾਰ ਦੀ ਰਿਵਾਇਜ਼ ਵੀ ਆਉਂਦੀ ਹੈ, ਉਸ ਤੋਂ ਬਾਅਦ ਵੀ ਮਾਮਲੇ ਸਾਹਮਣੇ ਆਉਂਦੇ ਹਨ। ਨਿਰਮਲ ਸਿੰਘ ਖਾਲਸਾ ਦੀਆਂ ਅੰਤਿਮ ਰਸਮਾਂ ਵੇਲੇ ਵੀ ਇਹ ਸਾਰੇ ਵਿਵਾਦ ਖੜ੍ਹੇ ਹੋਏ ਹੈ। ਅਤੇ ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਚਰਚਾ ਦੇ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਕਰੋਨਾ ਵਾਇਰਸ ਦੇ ਪੀੜਤਾਂ ਅੱਗੇ ਕਿਹੜਾ ਸਿਸਟਮ ਫੇਲ ਹੋ ਰਿਹਾ? ਇਹ ਸਿਸਟਮ ਇਮਿਊਨ ਸਿਸਟਮ ਤੋਂ ਲੈ ਕੇ ਸਾਡਾ ਸੋਸ਼ਲ ਸਿਸਟਮ ਵੀ ਹੈਗਾ, ਸਾਡਾ ਹੈਲਥ ਸਿਸਟਮ ਵੀ ਹੈਗਾ, ਉਹਨਾਂ ਸਾਰੇ ਸਿਸਟਮ ਦੀ ਗੱਲ ਕਰਨੀ ਬਣਦੀ ਹੈ। ਅਤੇ ਇਸ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਰਹਿਣਗੇ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਡਾਕਟਰ ਦਲੇਰ ਸਿੰਘ ਮੁਲਤਾਨੀ, ਜਿਨ੍ਹਾਂ ਦਾ ਤਕਰੀਬਨ 33 ਸਾਲ ਦਾ ਤਜਰਬਾ ਅਤੇ ਸਾਬਕਾ ਸਿਵਲ ਸਰਜਨ ਨੇ, ਇਹ ਅੰਮ੍ਰਿਤਸਰ ਦੇ ਵਿੱਚੋਂ ਇਹਨਾਂ ਨੇ MBBS ਕੀਤੀ ਹੈ ਅਤੇ ਅਕਸਰ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਆ ਅਤੇ ਹੈਲਥ ਐਜੂਕੇਸ਼ਨ ਦੇ ਮੁੱਦੇ ਅਕਸਰ ਚੁੱਕਦੇ ਰਹਿੰਦੇ, ਤੁਸੀਂ ਇਹਨਾਂ ਨੂੰ ਅਖਬਾਰਾਂ ਵਿੱਚ ਵੀ ਪੜ੍ਹਿਆ ਹੋਵੇਗਾ ਅਤੇ ਅਕਸਰ ਸੋਸ਼ਲ ਮੀਡੀਆ 'ਤੇ ਵੀ ਬਹੁਤ ਕੁਝ ਲਿਖਦੇ ਰਹਿੰਦੇ। ਡਾਕਟਰ ਦਲੇਰ ਸਿੰਘ ਮੁਲਤਾਨੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ। ਮੈਂ ਲੱਗਦਾ ਥੋੜ੍ਹਾ ਜਿਹਾ ਨੈਟਵਰਕ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਹੈਗੀ ਹੈ, ਤਕਨੀਕੀ ਖਾਮੀ ਹੈਗੀ ਹੈ। ਮੁਲਤਾਨੀ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਮੇਰਾ ਸਵਾਲ ਬੜਾ ਸਧਾਰਨ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਨਹੀਂ ਕਰ ਸਕੇ ਕਿ ਲਾਸ਼ ਲੈਣ ਤੋਂ ਬਾਅਦ ਸੰਸਕਾਰ ਤੱਕ ਕੀ ਹੁੰਦਾ ਅਤੇ ਸੰਸਕਾਰ ਤੋਂ ਬਾਅਦ ਤੱਕ ਕੀ ਹੁੰਦਾ? ਲਾਸ਼ ਲੈਣ ਤੱਕ ਅਸੀਂ ਮੰਨ ਸਕਦੇ ਹਾਂ ਕਿ ਜਿਹੜੇ ਸਟ੍ਰੈਚਰ 'ਤੇ ਜਾਂ ਜਿਹੜੀ ਐਂਬੂਲੈਂਸ ਦੇ ਜ਼ਰੀਏ ਮ੍ਰਿਤਕ ਦੇਹ ਨੂੰ ਲਿਆਇਆ ਜਾਂਦਾ ਹੈ, ਉਦੋਂ ਵਾਇਰਸ ਦੇ ਕੀਟਾਣੂ ਹੈ ਜਿਹੜੇ ਸਾਨੂੰ ਪਰੇਸ਼ਾਨ ਕਰ ਸਕਦੇ ਆ, ਪਰ ਸੰਸਕਾਰ ਤੋਂ ਬਾਅਦ ਕਰ ਸਕਦੇ ਨਹੀਂ ਕਰ ਸਕਦੇ? ਇਹਦੀ ਵਜ੍ਹਾ ਕੀ ਹੈ? ਦੇਖੋ, ਇਸ ਤਰ੍ਹਾਂ ਹੈਗਾ ਕਿ ਐਕਚੁਅਲੀ ਜਿਹੜੀਆਂ ਹੈਲਥ, ਜਦੋਂ ਸਿਹਤ ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਇਹ ਜਿਹੜੀ ਬੋਡੀ ਬਣੀ ਹੋਈ ਹੈ, ਇਹਦੀਆਂ ਬਹੁਤ ਹੀ ਮਿਸਕਨਸੈਪਸ਼ਨਸ ਨੇ ਲੋਕਾਂ ਦੇ ਦਿਮਾਗ 'ਚ ਜੀ, ਜਨਮ ਤੋਂ ਲੈ ਕੇ ਮਰਨ ਤੱਕ। ਮੈਂ ਇਹ ਤੱਕ ਵੀ ਕਹਾਂਗਾ ਕਿ ਲੋਕਾਂ ਨੇ ਕਨਸੈਪਟ ਜਿਹੜੀਆਂ ਇਹ ਬਣਾਈਆਂ ਹੋਈਆਂ ਨੇ, ਉਹ ਅੱਜ ਸਾਹਮਣੇ ਆਈਆਂ ਨੇ ਜਦੋਂ ਇੱਕ ਬਹੁਤ ਵੱਡੀ ਬਿਮਾਰੀ ਜਿਸ ਦਾ ਅਜੇ ਇਲਾਜ ਨਹੀਂ ਸਾਹਮਣੇ ਆਇਆ, ਇਸ ਕਰਕੇ ਲੋਕਾਂ ਨੂੰ ਡਰ ਲੱਗਦਾ ਇਸ ਗੱਲ ਦਾ। ਔਰ ਇਸ ਤੋਂ ਪਹਿਲਾਂ ਵੀ ਆਪਾਂ ਅੱਜ ਤਾਂ ਹੁਣ ਤਾਂ ਡਰ ਕੇ ਕਰਦੇ ਹਾਂ ਨਾ, ਵਿੱਚ ਪਹਿਲਾਂ ਵੀ ਜਿਹੜੀਆਂ ਹੈਗੇ ਨੇ, ਕਿਉਂਕਿ ਹੈਲਥ ਦੇ ਬਾਰੇ 'ਚ ਲੋਕਾਂ ਦੀਆਂ ਗਲਤ ਧਾਰਨਾਵਾਂ ਨੇ। ਔਰ ਮੈਂ Day 1 ਤੋਂ ਪਿਛਲਾ ਮਹੀਨੇ ਤੋਂ ਵੀ ਜ਼ਿਆਦਾ ਹੋ ਗਿਆ ਵਾਰ ਵਾਰ ਇਹ ਕਹਿ ਰਿਹਾ ਕਿ ਇੱਕ ਬਿਮਾਰੀ ਹੈ, ਇਸ ਨੂੰ ਬਿਮਾਰੀ ਦੇ ਢੰਗ ਦੇ ਨਾਲ ਹੀ ਆਪਾਂ ਸਾਰਿਆਂ ਨੂੰ ਸੋਚਣਾ ਪਏਗਾ। ਇਸ ਦੇ ਵਿੱਚ ਕੋਈ ਜਾਤ ਨਹੀਂ ਹੈ, ਕੋਈ ਧਰਮ ਨਹੀਂ ਹੈ, ਕੋਈ ਛੋਟਾ ਨਹੀਂ ਹੈ, ਕੋਈ ਵੱਡਾ ਨਹੀਂ ਹੈ, ਕੋਈ ਪ੍ਰੋਫੈਸ਼ਨ ਨਹੀਂ ਹੈ। ਆ ਤੁਸੀਂ ਦੇਖੋ ਨਾ, ਜਦੋਂ ਆਪਾਂ ਭਾਈ ਨਿਰਮਲ ਸਿੰਘ ਜੀ ਦੀ ਜਦੋਂ ਡੈਥ ਹੋਈ ਹੈ, ਔਰ ਕ੍ਰਿਮੀਸ਼ਨ ਗਰਾਊਂਡ ਦੇ ਵਿੱਚ ਸੰਸਕਾਰ ਨਹੀਂ ਹੋਣ ਦਿੱਤਾ, ਉੱਥੋਂ ਲੋਕਾਂ ਦੀ ਮਾਨਸਿਕਤਾ ਪਤਾ ਲੱਗਦੀ ਹੈ ਕਿ ਲੋਕਾਂ ਦੀ ਮਾਨਸਿਕਤਾ ਕੀ ਹੈ, ਕਿ ਉਹ ਡਰ ਗਏ ਨੇ ਕਿ ਜਾਂ ਪਹਿਲੇ ਭੁਲੇਖੇ 'ਚ ਸੀ। ਅਸਲ 'ਚ ਉਹ ਪਹਿਲਾਂ ਹੀ ਭੁਲੇਖੇ 'ਚ ਸੀ ਕਿ ਬੰਦਾ ਜਦੋਂ ਮਰ ਜਾਂਦਾ ਹੈ, ਸ਼ਾਇਦ ਉਹਦੀਆਂ ਆਰਤੀਆਂ ਲੈ ਕੇ ਲੋਕ ਤੁਰੇ ਫਿਰਦੇ ਹੈ, ਉਦੋਂ ਡਰ ਹੈ ਨਹੀਂ ਸੀ, ਹੁਣ ਉਹਨਾਂ ਨੂੰ ਡਰ ਲੱਗ ਗਿਆ। ਔਰ ਇੱਕ ਗੱਲ ਤੁਸੀਂ ਦੇਖੋ ਕਿ ਜਦੋਂ ਬੋਡੀ ਜਿਹੜੀ ਹੈਗੀ ਹੈ, ਆਪਾਂ ਸਾਰਿਆਂ ਨੇ, ਸਾਇੰਸ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, WHO ਨੇ ਕਹਿਤਾ, ਸਾਰੇ ਐਕਸਪਰਟਸ ਨੇ ਕਹਿਤਾ
कि 30-35 डिग्री टैंपरेचर जो सेंटीग्रेड टैंपरेचर होएगा ये वायरस जी ज़्यादा सर्वाइव नहीं करेगी। और जो आप अग दे बॉडी बाल दें उस तो बाद अग दे इन्ना जो सैकड़िया के हिसाब न डिग्री टैंपरेचर होंगे वो वायरस तक किसी हद तक वैसे सर्वाइव नहीं कर सकती। मैं डॉक्टर मुल्तानी, डॉक्टर मुल्तानी ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ, ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਇਹ ਉੱਪਰਲੇ ਸਿਸਟਮ ਤੱਕ ਤੈਰਦੀਆਂ ਪਈਆਂ, ਥੱਲੇ ਤੱਕ ਨਹੀਂ ਪਹੁੰਚਦੀਆਂ ਪਈਆਂ। ਜੇ ਅੰਮ੍ਰਿਤਸਰ ਦੇ ਜਿਹੜਾ ਰਿਟਾਇਰਡ ਅਧਿਕਾਰੀ ਹੈ ਜਸਵਿੰਦਰ ਸਿੰਘ ਜਿਨ੍ਹਾਂ ਦੀ ਮੌਤ ਹੋਈ ਹੈ, ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹਨਾਂ ਦੀ ਧੀ ਹੈ ਜਿਹੜੀ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ, ਉਸ ਦੇ ਬਾਵਜੂਦ ਉਹਨਾਂ ਦੀ ਲਾਸ਼ ਲੈਣ ਕੋਈ ਨਹੀਂ ਜਾਂਦਾ ਗਾ। ਸਵਾਲ ਇਹ ਹੈ ਸਰ, ਉਹ ਕਹਿ ਰਹੇ ਕਿਉਂਕਿ ਉਹ ਕਹਿੰਦੇ ਨਾ ਜੱਗ ਜਿਉਂਦਿਆਂ ਦੇ ਮੇਲੇ, ਹਰ ਬੰਦਾ ਜਿਹੜਾ ਹੈਗਾ ਉਹ ਮਤਲਬ ਹੀ ਹੈ। ਔਰ ਉਹਨਾਂ ਨੂੰ ਜਿਹੜੀ ਕੁੜੀ ਨੂੰ ਵੀ ਪਤਾ ਲੱਗ ਗਿਆ ਹੋਣਾ ਕਿ ਬਾਪੂ ਦੇ ਨੇੜੇ ਜਾਵਾਂਗੇ ਬਿਮਾਰੀ ਨਾਲ ਚਿੰਬੜ ਜਾਵੇ, ਡਰ। ਜਦੋਂ ਕਿ ਹੈਲਥ ਮਹਿਕਮਾ ਜਿਹੜਾ ਹੈਗਾ ਉਹ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਦੇ ਵੱਡੇ ਦਾ ਲੈਵਲ ਤੱਕ ਜਿਵੇਂ ਸਾਡਾ ਜਿਹੜਾ ਸੈਟਅਪ ਬਣਿਆ ਹੋਇਆ ਹੈਲਥ ਦਾ, ਹਰ ਇੱਕ ਬੰਦੇ ਨੂੰ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਬਿਮਾਰੀ ਜਿਹੜੀ ਹੈਗੀ ਹੈ ਇਹ ਹਵਾ ਰਾਹੀਂ ਨਹੀਂ ਫੈਲਦੀ। ਅੱਜ ਫਿਰ ਸਵਾਲ ਇੱਥੇ ਆਉਣਾ ਫਿਰ ਮੁੜ ਕੇ ਵਿੱਚ ਜਿਹੜੀ ਹੈਗੀ ਹੈ। ਔਰ ਕੱਲ੍ਹ ਜਿਹੜੀ ਹੈਗੀ ਹੈ ਜਿਹੜੀ ਹੈਡਲਾਈਨ ਸੀਗੀਆਂ, ਜਿਹੜੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਹੈ ਉਸ ਨੇ ਗੱਲ ਕਲੀਅਰ ਕਰ ਦਿੱਤੀ ਹੈ ਕਿ ਇਹ ਬਿਮਾਰੀ ਜਿਹੜੀ ਹੈਗੀ ਹੈ ਉਹ ਹਵਾ ਰਾਹੀਂ ਨਹੀਂ ਫੈਲਦੀ। ਔਰ ਮੈਂ ਛੋਟਾ ਜਿਹਾ ਤੁਹਾਨੂੰ ਕਰਦਾ ਵਾਂ ਕਿ ਅਗਰ ਇਹ ਬਿਮਾਰੀ ਜਿਹੜੀ ਇੰਨੀ ਖਤਰਨਾਕ ਹੈ ਇਹ ਹਵਾ ਰਾਹੀਂ ਫੈਲਦੀ ਹੁੰਦੀ ਤਾਂ ਹੁਣ ਦੀ ਘੜੀ ਤੱਕ ਤਾਂ ਸਾਰਾ ਸੰਸਾਰ ਜਿਹੜਾ ਹੈਗਾ, ਸਾਰਾ ਹੀ ਵਰਲਡ ਉਹਨੂੰ ਕਰੋਨਾ ਹੋ ਚੁੱਕਿਆ ਹੁੰਦਾ। ਉਹ ਨਹੀਂ ਹੋਇਆ, ਉਹ ਕਿਸੇ ਪੌਕਟ ਤੱਕ ਸੰਬੰਧਿਤ ਹੈ, ਉਹ ਇੱਕ ਟੱਚ ਨਾਲ ਫੈਲ ਰਿਹਾ ਸੀ। ਇਸ ਕਰਕੇ ਇਸ ਨੂੰ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਇੱਕ ਸੋਸ਼ਲ ਡਿਸਟੈਂਸ ਤੁਸੀਂ ਬਣਾ ਕੇ ਰੱਖ ਲਓ। ਲੇਕਿਨ ਇਹ ਲੋਕਾਂ ਦੀਆਂ ਬਿਲਕੁਲ ਗਲਤ ਕਨਸੈਪਟਸ ਹੈ ਕਿ ਇਹ ਹਵਾ ਰਾਹੀਂ ਫੈਲਦੀ ਹੈ, ਇਸ ਕਰਕੇ ਲੋਕ ਨੇੜੇ ਨਹੀਂ ਲੱਗ ਰਹੇ। ਪਲੱਸ ਜਿਹੜਾ ਸੋਸ਼ਲ ਸੈਟਅਪ ਆਪਣਾ ਬਣਿਆ ਹੋਇਆ ਸੀ ਉਹ ਸਾਰਾ ਹੀ ਅੱਜ ਸਾਹਮਣੇ ਆ ਗਿਆ। ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ, ਲੋਕਾਂ ਦਾ ਮਿਸਕਨਸੈਪਸ਼ਨ ਹੈਗਾ, ਲੋਕਾਂ ਦੀ ਸੋਚ ਗਲਤ ਹੈਗੀ, ਉਹ ਸੋਚ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਉਹਨਾਂ ਨੂੰ ਇਹ ਡਰ ਉਹਨਾਂ ਦੇ ਮਨ ਚੋਂ ਕੌਣ ਕੱਢੇਗਾ? ਸਾਰੇ ਸਮਾਜ ਦੀ। ਮੈਂ ਇੱਕ ਗੱਲ ਪਹਿਲਾਂ ਤੋਂ ਬੜੀ ਦੇਰ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਇਹ ਜਿਹੜਾ ਧਰਮ ਹੈ ਇੱਕ ਜੀਵਨ ਜਾਂਚ ਹੈ। ਔਰ ਜੀਵਨ ਜਾਂਚ ਜਿਹੜੀ ਹੈਗੀ ਹੈ ਜਿਉਂਦੇ ਬੰਦੇ ਦੀ ਹੁੰਦੀ ਹੈ, ਮਰੇ ਦੀ ਕਾਹਦੀ ਜੀਵਨ ਜਾਂਚ ਹੁੰਦੀ ਹੈ? ਆਪਣਾ ਜਿਹੜਾ ਧਰਮ ਹੈ ਜਿੰਨੇ ਵੀ ਧਰਮ ਹੈਗੇ ਆ ਉਹ ਸਾਰੇ ਹੀ ਜਾਂ ਤਾਂ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਕਰਦੇ ਆ ਜਾਂ ਫਿਰ ਮਰਨ ਤੋਂ ਬਾਅਦ ਦੀਆਂ ਕਰਦੇ ਨੇ। ਜੇ ਅੱਜ ਜੀਵਨ ਜਾਂਚ ਜਿਹੜਾ ਹੈਗਾ ਉਸ ਦੀ ਧਰਮ ਦੀ ਗੱਲ ਕੀਤੀ, ਉਸ ਧਰਮ ਨੇ ਜੀਵਨ ਜਾਂਚ ਕੀਤੀ ਹੁੰਦੀ ਤਾਂ ਸਾਨੂੰ ਅੱਜ ਇਹ ਜਿਹੜੇ ਰਿਸ਼ਤੇ ਨਾਤੇ ਜਿਹੜੇ ਆਪਾਂ ਲੋਕਾਂ ਨੂੰ ਅਖੌਤੀ ਬਣਾ ਬਣਾ ਕੇ ਦੱਸਦੇ ਆ, ਜਿਹੜੇ ਬਾਬੇ ਬੈਠੇ ਹੋਏ ਆ, ਜਿਹੜੇ ਧਰਮ ਦੇ ਪ੍ਰਚਾਰਕ ਬੈਠੇ ਹੋਏ ਆ, ਜਿਹੜੇ ਸੋਸ਼ਲ ਵਰਕਰ ਬੈਠੇ ਹੋਏ ਆ, ਉਹ ਆਪਾਂ ਨੂੰ ਇਹ ਜਿਹੜੀ ਨਮੋਸ਼ੀ ਅੱਜ ਜਿਹੜੀ ਮ੍ਰਿਤਕ ਸਰੀਰ ਨੂੰ ਜਿਹੜੀ ਸਹਿਣੀ ਪੈ ਰਹੀ ਹੈ ਉਹ ਨਾ ਸਹਿਣੀ ਪੈਂਦੀ, ਉਹ ਵੀ ਬਿਲਕੁਲ ਆਪਣੇ ਨਜ਼ਦੀਕੀ ਗੁਰੂ। ਜਿਸ ਤਰ੍ਹਾਂ ਤੁਸੀਂ ਜਸਵਿੰਦਰ ਸਿੰਘ ਹੋਣੇ ਜਿਹੜੇ ਹੈਗੇ ਨੇ ਉਹਨਾਂ ਦੀ ਗੱਲ ਕੀਤੀ ਹੈ, ਉਹਨਾਂ ਦੀ ਬੇਟੀ ਜਿਹੜੀ ਹੈਗੀ ਆ ਉਹ ਮੈਡੀਕਲ ਹੁੰਦੇ ਨੇ, ਤੇ ਉੱਥੋਂ ਸਮਝ ਲੱਗਦੀ ਹੈ ਕਿ ਸੋਸ਼ਲ ਸਾਇੰਸ ਨਾਂ ਦੀ ਆਪਣੇ ਸਮਾਜ ਦੇ ਵਿੱਚ ਕੋਈ ਗੱਲ ਜਿਹੜੀ ਹੈਗੀ ਆ ਉਹ ਹੈ ਹੀ ਨਹੀਂ ਕਿਸੇ ਕਿਸਮ ਦੀ। ਲੋਕ ਸਵਾਹ ਨੂੰ ਪੂਜਦੇ ਫਿਰਦੇ ਆ ਯਾਰ, ਜਿਹੜੀ ਸਵਾਹ ਜਿਹੜੀ ਸੜ ਕੇ ਸਾਰਾ ਕੁਛ ਵਿੱਚ ਹੋ ਗਿਆ ਉਸ ਨੂੰ ਮੰਨਣ ਨੂੰ ਤਿਆਰ ਨਹੀਂ। ਅੱਜ ਮੈਂ ਤੁਹਾਨੂੰ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਾਂ ਪੰਜਾਬ ਹੈਲਥ ਡਿਪਾਰਟਮੈਂਟ ਦੀ। ਪੰਜਾਬ ਹੈਲਥ ਡਿਪਾਰਟਮੈਂਟ ਨੇ ਅੱਜ ਆਰਡਰ ਕੀਤੇ ਹੈ ਕਿ ਜਿਹੜੀਆਂ ਸਾਡੀਆਂ ਸਭ ਤੋਂ ਜਿਹੜਾ ਫਰੰਟ ਲਾਈਨ ਵਰਕਰ ਆਸ਼ਾ ਵਰਕਰ ਤੇ ਉਹਦੇ ਨਾਲ ਜਿਹੜੇ ਹੈਗੇ ਆ ਏਐਨਐਮ ਹੁੰਦੀ ਹੈ ਉਹ ਸ਼ਮਸ਼ਾਨ ਘਾਟ ਵਿੱਚ ਜਾ ਕੇ ਉੱਥੇ ਜਿਹੜੀ ਸਵਾਹ ਪਈ ਹੈ ਉਹਦੀ ਰਾਖੀ ਕਰਨਗੇ। ਕਮਾਲ ਹੈ ਯਾਰ, ਇਹਦਾ ਮਤਲਬ ਹੈਗਾ ਹੈ ਕਿ ਲੋਕਾਂ ਦੀਆਂ ਗੱਲਾਂ ਤੇ ਛੱਡ ਦਿਓ ਤੁਸੀਂ, ਆਮ ਬੰਦਾ ਜਾਂ ਸਕੂਲ ਕਾਲਜ ਸੀ ਉਸ ਦੀ ਗੱਲ ਵੀ ਛੱਡ ਦਿਓ, ਲੀਡਰਾਂ ਦੀ ਗੱਲ ਵੀ ਛੱਡ ਦਿਓ, ਸਾਡਾ ਆਪਣਾ ਡਿਪਾਰਟਮੈਂਟ ਜਿਹੜਾ ਹੈਗਾ ਉਹ ਮਿੱਟੀ ਦੀ ਰਾਖੀ ਕਰ ਰਿਹਾ, ਤੇ ਫਿਰ ਤੁਸੀਂ ਕਿਸ ਸਿਸਟਮ ਦੀਆਂ ਗੱਲਾਂ ਕਰਦੇ ਹੋ? ਜਾਗਰੂਕ ਕਰ ਪਾ ਰਹੀਆਂ, ਸਾਰਾ ਕੁਝ ਫੇਲ ਹੋ ਗਿਆ, ਫਿਰ ਅਸੀਂ ਕਿਹੜੀਆਂ ਗੱਲਾਂ ਕਰ ਰਹੇ ਹਾਂ? ਸਵਾਲ ਤਾਂ ਅਸੀਂ ਇਹ ਪੁੱਛ ਰਹੇ ਮੁਲਤਾਨੀ ਸਾਹਿਬ, ਜਿਹੜੇ ਮਹਿਕਮੇ ਦੇ ਵਿੱਚ ਤੁਸੀਂ ਕੰਮ ਕੀਤਾ ਉਸ ਮਹਿਕਮੇ ਦੀ ਡਿਊਟੀ ਇਹਨਾਂ ਕੰਮਾਂ ਲਈ ਹੁਣ? ਬਿਲਕੁਲ ਉਹਨਾਂ ਕੰਮਾਂ ਵਾਸਤੇ ਸੀ, ਲੇਕਿਨ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਜਦੋਂ ਆਪਣਾ ਜਿਹੜਾ ਹੈਗਾ ਉਹ ਸਿਹਤ ਮੰਤਰੀ ਜਿਨ੍ਹਾਂ ਨੇ ਸਟਾਫ ਦੀ ਰਾਖੀ ਕਰਨੀ ਸੀ, ਸਟਾਫ ਨੂੰ ਸਮਾਨ ਦੇਣਾ ਸੀਗਾ, ਉਹ ਤਾਂ ਆਪ ਲੰਗਰ ਵੰਡ ਰਹੇ ਸੀਗੇ, ਲੰਗਰ ਬਣਾਉਂਦੇ ਦੇਖੇ ਮੇਰੇ ਫੋਟੋ। ਤੁਸੀਂ ਕਿਸ ਕਿਸ ਸਿਸਟਮ ਦੀਆਂ ਗੱਲਾਂ ਕਰਦੇ ਹੋ? ਜੇ ਇਸ ਤਰ੍ਹਾਂ ਦੇ ਪੋਲੀਟੀਕਲ ਲੀਡਰ ਜਿਹੜੇ ਬੌਸਿਸ ਨੇ ਜਿਨ੍ਹਾਂ ਨੇ ਸਾਰੇ ਸਿਸਟਮ ਨੂੰ ਚਲਾਉਣਾ ਹੈ, ਉਹ ਜਿਹੜੇ ਹੈਗੇ ਨੇ ਲੰਗਰ ਵੰਡ ਰਹੇ ਨੇ, ਕਰਫਿਊ ਜਿਹੜੇ ਲਾਉਣ ਵਾਲੇ ਸੀਗੇ ਉਹ ਕਰਫਿਊ ਦੀ ਬਜਾਏ ਲੰਗਰ ਵੰਡ ਰਹੇ ਨੇ। ਇਸ ਨੂੰ ਆਪਾਂ ਨੂੰ ਕੇਵੀ ਸਿੰਘ ਜੀ ਇਸ ਗੱਲ ਨੂੰ ਆਪਾਂ ਨੂੰ ਮੰਨਣਾ ਪਏਗਾ ਕਿ ਇਹ ਜਿਹੜੇ ਉੱਪਰ ਟੌਪ ਵਾਲਾ ਲੀਡਰ ਹੈ ਇਸ ਨੇ ਥੱਲੇ ਤੱਕ ਲੋਕਾਂ ਨੂੰ ਜਿਹੜੀ ਸਹੀ ਜਾਣਕਾਰੀ ਸੀ ਉਹ ਹੋ ਨਹੀਂ ਦਿੱਤੀ, ਕਿਉਂਕਿ ਇਹਨਾਂ ਨੂੰ ਆਪ ਹੀ ਜਾਣਕਾਰੀ ਨਹੀਂ ਹੈ। ਮੈਂ ਇੱਕ ਦਿਨ ਅੱਗੇ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਲੋਕ ਹੈਲਥ ਸਿਸਟਮ ਨੂੰ ਕੰਟਰੋਲ ਕਰਦੇ ਹੈ, ਜਿਹੜੇ ISPCS, ਉਹਨਾਂ ਨੂੰ ਪਹਿਲਾਂ ਸਾਨੂੰ ਪੜ੍ਹਾਉਣਾ ਪੈਂਦਾ, ਡਾਕਟਰਾਂ ਨੂੰ ਉਹਨਾਂ ਨੂੰ ਪੜ੍ਹਾਉਣਾ ਪੈਂਦਾ, ਤੇ ਫਿਰ ਉਹ ਸਾਡੇ ਤੇ ਸਾਨੂੰ ਪੜ੍ਹਾਉਂਦੇ ਆ। ਫਿਰ ਤੁਸੀਂ ਇਹ ਗੱਲਾਂ ਲਾਗੂ ਕਿਵੇਂ ਕਰ ਸਕਦੇ ਹੋ?
ਮੈਂ ਬਹੁਤ ਹਾਈਐਸਟ ਲੈਵਲ ਦੇ ਉੱਤੇ ਕੰਮ ਕੀਤਾ ਹੈ, ਮੇਰੇ ਕਈ ਸਾਰੀ ਐਨਜੀਓਸ ਵੀ ਚੱਲਦੀਆਂ ਨੇ, ਕਈ ਵਾਰੀ ਡਾਇਰੈਕਟਲੀ ਇਹਨਾਂ ਦੇ ਨਾਲ ਇੰਟਰੈਕਟ ਕਰਨ ਵਾਸਤੇ ਮੌਕਾ ਮਿਲਿਆ। ਜੋ ਗੱਲ ਡਾਕਟਰ ਕਹਿੰਦੇ ਨੇ ਉਹ ਡਾਕਟਰ ਦੀ ਗੱਲ ਤਾਂ ਕੋਈ ਮੰਨਣ ਨੂੰ ਤਿਆਰ ਹੀ ਨਹੀਂ, ਆਪਣੀ ਗੱਲ ਬਣਾ ਦਿੰਦੇ ਨੇ ਵਿੱਚ। ਅੱਜ ਵੀ ਸਿਸਟਮ ਇੱਥੇ ਆ ਕੇ ਖੜਾ ਹੋ ਗਿਆ ਕਿ ਜਿਸ ਜਿਸ ਪੋਲੀਟੀਕਲ ਸਿਸਟਮ ਨੇ, ਜਿਸ ਐਡਮਿਨਿਸਟ੍ਰੇਟਿਵ ਸਿਸਟਮ ਨੇ ਸਾਹਮਣੇ ਆਉਣਾ ਸੀਗਾ, ਆ ਕੇ ਕੋਈ ਗੱਲ ਜਿਹੜੀ ਲੋਕਾਂ ਨੂੰ ਦੱਸਣੀ ਸੀ ਉਹ ਤਾਂ ਲੰਗਰ ਵੰਡਣ 'ਚ ਲੱਗੇ ਹੋਏ ਆ, ਜਾਂ ਆਪਣੇ ਮੂੰਹ ਦੇ ਉੱਤੇ ਮਾਸਕ ਪਾਈ ਫਿਰਦੇ ਆ, ਉਹਨਾਂ ਨੂੰ ਜਿਹੜੇ ਲੀਡਰ, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ, ਜਿਹੜੇ ਲੀਡਰ ਹੁਣ ਵੀ ਪਬਲਿਕ ਦੇ ਸਾਹਮਣੇ ਟੀਵੀ ਤੇ ਏਸੀ ਰੂਮਾਂ 'ਚ ਬੈਠ ਕੇ ਮਾਸਕ ਪਾ ਕੇ ਬੈਠੇ ਹੋਏ ਨੇ, ਉਹ ਕੀ ਲੋਕਾਂ ਨੂੰ ਸਿਖਾਉਣਗੇ? ਔਰ ਉੱਧਰ ਦੂਜੇ ਪਾਸੇ ਜਿਹੜਾ ਸਟਾਫ ਘਰ ਘਰ ਜਾ ਕੇ ਲੋਕਾਂ ਨੂੰ ਇਹ ਗੱਲ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਉਸਨੂੰ ਮਾਸਕ ਨਹੀਂ ਦਿੱਤਾ ਜਾ ਰਿਹਾ। ਆਪਾਂ ਕਿਹੜੇ ਸਿਸਟਮ ਦੀ ਗੱਲ ਕਰਦੇ? ਮੈਂ ਤੇ ਆਪ ਇਸ ਗੱਲ ਤੋਂ ਹੈਰਾਨ ਆ ਕਿ ਜਦੋਂ ਵੀ ਕਿਤੇ ਇਹ ਵਾਲੀ ਗੱਲ ਆਉਂਦੀ ਹੈ, ਜਦੋਂ ਕੋਈ ਇਹ ਮਹਾਮਾਰੀ ਦੀ ਗੱਲ ਹੁੰਦੀ ਹੈ, ਕੋਈ ਐਪੀਡੈਮਿਕ ਛੋਟਾ ਵੀ ਹੋ ਗਿਆ, ਉਹਦੇ 'ਚ ਇਹ ਜਿਹੜੇ ਪੋਲੀਟੀਕਲ ਲੀਡਰਸ ਹੈਗੇ ਨੇ ਤੇ ਐਡਮਿਨਿਸਟ੍ਰੇਟਿਵ ਲੀਡਰਸ ਹੈਗੇ ਨੇ, ਇਹਨਾਂ ਦੀਆਂ ਟੈਨਸ਼ਨ ਜਿਹੜੀਆਂ ਹੈਗੀਆਂ ਨੇ ਉਹ ਪੈਸੇ ਕਮਾਉਣ ਵਾਲੀਆਂ ਹੁੰਦੀਆਂ ਨੇ, ਲੋਕਾਂ ਦੀ ਸਿਹਤ ਵਾਲੇ ਪਾਸੇ ਇਹਨਾਂ ਦਾ ਦਿਮਾਗ ਨਹੀਂ ਚੱਲਦਾ ਕਦੀ ਵੀ। ਡਾਕਟਰ ਮੁਲਤਾਨੀ ਆ ਰਹੇ ਆ ਤੁਹਾਡੇ ਕੋਲ, ਵਾਪਿਸ ਆ ਰਹੇ ਆ। ਇਸ ਸਿਸਟਮ ਨੂੰ ਕਿਹੜੇ ਵਾਇਰਸ ਨੇ ਖਰਾਬ ਕੀਤਾ ਹੈ? ਉੱਤਮ ਵੀ ਕਹੀ ਸੀ ਕਿ ਮਾਸਕ ਜਿਹੜੇ ਹੈਗੇ ਨੇ ਇਹ ਮਿਨਿਸਟਰਸ ਜ਼ਬਰਦਸਤੀ। ਡਾਕਟਰ ਸਾਹਿਬ ਆ ਰਹੇ, ਤੁਹਾਡੇ ਕੋਲ ਆ ਰਹੇ, ਡਾਕਟਰ ਸਾਹਿਬ ਆ ਰਹੇ ਆ, ਬ੍ਰੇਕ ਲੈ ਕੇ ਆ ਰਹੇ। ਡਾਕਟਰ ਸਾਹਿਬ ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ ਆ, ਬ੍ਰੇਕ ਤੋਂ ਬਾਅਦ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਿਸਟਮ ਨੂੰ ਕਿਹੜੇ ਵਾਇਰਸ ਨੇ ਖਾ ਲਿਆ, ਕਿਹੜਾ ਵਾਇਰਸ ਹੈਗਾ ਜਿਹੜਾ ਇਸ ਸਿਸਟਮ ਨੂੰ ਜਿਹੜਾ ਹੈਗਾ ਨਕਾਰਾ ਬਣਾ ਰਿਹਾ ਹੈ, ਜਾਂ ਇਸ ਤਰੀਕੇ ਦਾ ਸਿਸਟਮ ਬਣਾ ਰਿਹਾ ਜਿਹੜਾ ਲੋਕਾਂ ਨੂੰ ਡਰਾ ਰਿਹਾ ਹੈ, ਲੋਕਾਂ ਨੂੰ ਅਵੇਅਰ ਨਹੀਂ ਕਰ ਰਿਹਾ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਛੇਤੀ ਵਾਪਸ ਆ ਰਹੇ ਹਾਂ। ਸਵਾਲ ਸਭ ਤੋਂ ਵੱਡਾ ਅੱਜ ਦੀ ਤਰੀਕ ਵਿੱਚ ਇਹੀ ਹੈਗਾ ਕਿ ਕੋਰੋਨਾ ਵਾਇਰਸ ਦੇ ਪੀੜਤਾਂ ਦੇ ਅੱਗੇ ਕਿਹੜਾ ਸਿਸਟਮ ਫੇਲ ਹੋ ਰਿਹਾ। ਡਾਕਟਰ ਮੁਲਤਾਨੀ ਸਾਡੇ ਨਾਲ ਮੌਜੂਦ ਨੇ। ਡਾਕਟਰ ਮੁਲਤਾਨੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਸਿਸਟਮ ਨੂੰ ਜਿਹੜਾ ਹੈਗਾ ਕੁਐਸਚਨ ਕੀਤਾ ਸੀਗਾ, ਇਹ ਵੀ ਸਾਨੂੰ ਦੱਸ ਦਿਓ ਕਿ ਸਿਸਟਮ ਨੂੰ ਕਿਹੜੇ ਵਾਇਰਸ ਨੇ ਆਪਣਾ ਸ਼ਿਕਾਰ ਬਣਾ ਲਿਆ? ਕਰਪਸ਼ਨ ਥੱਲੇ ਤੋਂ ਲੈ ਕੇ ਉੱਪਰ ਤੱਕ, ਜਿੱਥੇ ਤੱਕ ਜਿੱਥੋਂ ਮਰਜ਼ੀ ਸ਼ੁਰੂ ਕਰ ਲਓ, ਜਿੱਥੇ ਮਰਜ਼ੀ ਜਾ ਕੇ ਇਹਦਾ ਐਂਡ ਕਰ ਦਿਓ। ਫਿਰ ਬਿਮਾਰੀ ਨੂੰ ਵੀ ਧਰਮ ਦੇ ਹਿਸਾਬ ਨਾਲ ਠੀਕ ਕਰਦੇ ਹੈ। ਬਿਮਾਰੀ ਜਿਹੜੀ ਹੈਗੀ ਆ ਉਹ ਧਰਮ ਦੇ ਹਿਸਾਬ ਨਾਲ ਠੀਕ ਨਹੀਂ ਹੁੰਦੀ, ਕਿਸੇ ਜਾਤ ਦੇ ਹਿਸਾਬ ਨਾਲ ਠੀਕ ਨਹੀਂ ਹੁੰਦੀ ਕਦੀ ਵੀ। ਬਿਮਾਰੀ ਜਿਹੜੀ ਹੈਗੀ ਆ ਉਹਦਾ ਇੱਕ ਸੈੱਟ ਪੈਟਰਨ ਬਣਿਆ ਹੋਇਆ ਹੈ। ਮੈਂ ਡੇ 1 ਤੋਂ ਬਾਰ 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 ਇਹ ਗੱਲ ਕਹਿ ਰਿਹਾ ਸੀ, ਅੱਜ ਫਿਰ ਰਿਪੀਟ ਕਰਦਾ ਕਿ ਪਹਿਲੀ ਔਰ ਦੂਜੀ ਸਟੇਜ ਜਿਹੜੀ ਹੈਗੀ ਸੀ, ਜਿਹਦੇ 'ਚ ਆਪਾਂ ਮੰਨ ਕੇ ਚੱਲਦੇ ਹਾਂ ਕਿ ਤੁਹਾਡਾ ਪੇਸ਼ੈਂਟ ਜਿਹੜੇ ਹੈਗੇ ਨੇ ਕੋਰੋਨਾ ਵਾਲੇ ਪੋਜ਼ਿਟਿਵ ਹੈਗੇ ਨੇ, ਲੇਕਿਨ ਲੋਕਲਾਈਜ਼ਡ ਨੇ, ਉੱਥੇ ਤੱਕ ਹੈਲਥ ਸਿਸਟਮ ਦਾ ਸਿਸਟਮ ਬਹੁਤ ਵਧੀਆ ਬਣਿਆ ਹੋਇਆ, ਬਲਕਿ ਪੰਜਾਬ 'ਚ ਤਾਂ ਬਹੁਤ ਵਧੀਆ, ਇੰਡੀਆ 'ਚ ਵੀ ਵਧੀਆ ਬਣਿਆ ਹੋਇਆ। ਲੇਕਿਨ ਜਦੋਂ ਸਟੇਜ 3 ਦੀ ਵਾਰੀ ਆਉਣੀ ਹੈ, ਜਦੋਂ ਮਰੀਜ਼ ਜਿਹੜੇ ਹੈਗੇ ਉਹਦਾ ਕੰਟੈਕਟ ਨਹੀਂ ਲੱਭਣਾ, ਉਹਦੇ ਵਾਸਤੇ ਅਸੀਂ ਟੋਟਲੀ ਫੇਲ ਆ। ਔਰ ਉਸਨੂੰ ਫੇਲ ਕਰਨ ਵਾਸਤੇ ਮੈਨੇ ਬਾਰ 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 ਫਿਰ ਅੱਜ ਕਹਾਂਗਾ ਕਿ ਦੋ ਬੰਦਿਆਂ ਨੂੰ 10 ਦਿਨ ਪਹਿਲਾਂ ਮੈਨੇ ਕਹਿ ਚੁੱਕਿਆ ਸੀ ਕਿ ਦੋ ਤਰ੍ਹਾਂ ਦੇ ਬੰਦੇ ਨੇ ਜਿਹੜੇ ਉਸਨੂੰ ਸਟੇਜ 'ਚ ਲੈ ਕੇ ਜਾਣਗੇ, ਇੱਕ ਪੋਲੀਟੀਸ਼ੀਅਨ, ਇੱਕ ਧਾਰਮਿਕ ਲੀਡਰ। ਔਰ ਅੱਜ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਨੇ, ਸਾਰੀਆਂ ਮੈਨੂੰ ਸਾਰਿਆਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਜਿਹੜੀ ਮਰਜ਼ੀ ਤੁਸੀਂ ਅਖਬਾਰ ਪੜ੍ਹ ਕੇ ਦੇਖ ਲਿਓ। ਡਾਕਟਰ ਮੁਲਤਾਨੀ, ਜਦੋਂ ਤੁਸੀਂ ਕਹਿੰਦੇ ਹੋ ਥੱਲੇ ਤੋਂ ਉੱਪਰ ਤੱਕ ਦੀ ਕਰਪਸ਼ਨ, ਤੁਹਾਡਾ ਮਹਿਕਮਾ ਵੀ ਇਸ 'ਤੇ ਵੀ ਸ਼ਾਮਿਲ ਹੈ? ਮੇਰਾ ਮਹਿਕਮਾ ਵੀ ਇਹਦੇ ਵਿੱਚ ਸ਼ਾਮਿਲ ਹੈ, ਮੈਂ ਕਿਸੇ ਨਾਲ ਕੋਈ ਵੱਖਰਾ ਨਹੀਂ ਹਾਂ, ਕੋਈ ਮੰਨੇ ਜਾਂ ਨਾ ਮੰਨੇ। ਡਾਕਟਰ ਸਾਹਿਬ, ਮੋਹਾਲੀ ਦੇ ਨਯਾ ਗਾਂਵ ਦਾ ਮਾਮਲਾ ਤੁਹਾਨੂੰ ਪਤਾ ਹੋਊਗਾ, 65 ਸਾਲ ਦੇ ਬਜ਼ੁਰਗ ਦੀ ਕੋਰੋਨਾ ਨਾਲ ਮੌਤ ਹੋਈ ਸੀਗੀ ਸਰ, 1.5 ਘੰਟਾ ਲਾਸ਼ ਐਂਬੂਲੈਂਸ 'ਚ ਪਈ ਰਹੀ, ਉੱਥੇ ਸਰਕਾਰੀ ਅਧਿਕਾਰੀ ਵੀ ਪਹੁੰਚਦੇ ਆ, ਉਹ ਉੱਥੇ ਗੱਡੀਆਂ 'ਚ ਬਹਿ ਕੇ ਆਰਡਰ ਕਰਦੇ ਰਹਿੰਦੇ ਆ, ਉਹਨਾਂ ਦਾ ਮੁੰਡਾ ਜਿਹੜਾ ਉਹਨਾਂ ਦਾ ਪੁੱਤ ਹੈ ਉਹ ਮਜਬੂਰੀ ਦਿਖਾਉਂਦਾ, ਈਵਨ ਕਿ ਕਈ ਥਾਵਾਂ 'ਤੇ ਉਹ ਜਾਂਦਾ ਧੱਕੇ ਖਾਣ ਕੇ, 4 ਮੋਢੇ ਉਹਨੂੰ ਮਿਲ ਜਾਣ। ਮੈਂ ਤਾਂ ਸੁਣਿਆ ਸੀਗਾ ਕਿ ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇ, 4 ਕੁ ਬੰਦੇ ਰੱਖ ਲਈ ਮੋਢਾ ਦੇਣ ਲਈ, ਉਹ ਕਹਾਵਤ ਅੱਜ ਇੱਥੇ ਟੁੱਕਦੀ ਨਹੀਂ ਪਈ, 4 ਬੰਦੇ ਮੋਢਾ ਦੇਣ ਲਈ ਕੋਰੋਨਾ ਵਾਲਿਆਂ ਲਈ ਮਿਲ ਰਹੇ ਸਰ। ਬਿਲਕੁਲ ਇਹ ਗੱਲ ਬਿਲਕੁਲ ਠੀਕ ਹੈਗੀ ਹੈ। ਇਹ ਗੱਲ ਜਿਹੜੀ ਹੈਗੀ ਹੈ ਜਦੋਂ ਉੱਪਰੋਂ ਸਟਾਰਟ ਹੁੰਦੀ ਹੈ, ਥੱਲੇ ਵਾਲਾ ਜਿਹੜਾ ਲਾਸਟ ਵਰਕਰ ਹੁੰਦਾ, ਮੈਂ ਤੁਹਾਨੂੰ ਅੱਜ ਇਹ ਗੱਲ ਦੱਸੀ ਹੈ ਕਿ ਥੱਲੇ ਸਭ ਤੋਂ ਥੱਲੇ ਜਿਹੜਾ ਸਭ ਤੋਂ ਥੱਲੇ ਹੈ ਉਹ ਹੈਗੀ ਆ ਆਸ਼ਰਾ ਵਰਕਰ ਤੇ ਏਐਨਐਮ, ਉਹਨੂੰ ਸ਼ਮਸ਼ਾਨ ਘਾਟ 'ਚ ਬੈਠਣ ਵਾਸਤੇ ਆਰਡਰ ਕਰਤੇ। ਤੁਸੀਂ ਮੋਢਾ ਮੋਢਾ ਚੱਕਣ ਦੀ ਅਗਲਾ, ਸਾਡੀਆਂ ਧੀਆਂ ਨੇ, ਸਾਡੀਆਂ ਭੈਣਾਂ ਨੇ, ਸਾਨੂੰ ਨਹੀਂ ਇਸ ਗੱਲ ਦਾ ਪਤਾ ਲੱਗ ਰਿਹਾ, ਇਸ ਵਾਸਤੇ ਉਹ ਸ਼ਮਸ਼ਾਨ ਘਾਟ ਬੈਠਣ ਵਾਸਤੇ ਨੇ। ਬਾਕੀ ਸਾਰੇ ਮਹਿਕਮੇ ਕਿੱਥੇ ਗਏ? ਹਰ ਪਿੰਡ ਦੇ ਵਿੱਚ ਗਵਰਨਮੈਂਟ ਇੰਪਲਾਈ ਹੈ। ਔਰ ਉਹਨਾਂ ਧੀਆਂ ਭੈਣਾਂ ਨੂੰ ਕਹੋ, ਤੁਸੀਂ ਆਪਾਂ ਇਸ ਸਮਾਜ ਦੇ ਵਿੱਚ ਰਹਿੰਦੇ, ਆਪਾਂ ਨੂੰ ਇਸ ਗੱਲ ਦਾ ਪਤਾ ਹੈ। ਪਹਿਲੀ ਗੱਲ ਤਾਂ ਇਹ ਹੁੰਦੀ ਸੀ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਲੇਡੀਜ਼ ਨੂੰ ਪਹਿਲਾਂ ਤਾਂ ਜਾਣ ਨਹੀਂ ਸੀ ਦਿੱਤਾ ਜਾਂਦਾ, ਅੱਜ ਕੱਲ੍ਹ ਥੋੜ੍ਹਾ ਲੇਡੀਜ਼ ਨੂੰ ਨੇੜੇ ਕਰਕੇ ਜਾਣ ਦਿੱਤਾ ਜਾਂਦਾ ਹੈ। ਉੱਥੇ ਤੁਹਾਡੀਆਂ ਧੀਆਂ ਤੇ ਭੈਣਾਂ ਜਿਹੜੀਆਂ, ਜਿਹਨਾਂ ਨੂੰ ਆਸ਼ਾ ਨੂੰ ਤਾਂ ਵਿਚਾਰੀਆਂ ਨੂੰ ਵੈਸੇ ਕੋਈ ਪੈਸਾ ਨਹੀਂ ਮਿਲਦਾ, ਦਿਹਾੜੀ ਮਿਲਦੀ ਹੈ। ਔਰ ਏਐਨਐਮ ਜਿਹੜੀਆਂ ਹੈਗੀਆਂ ਨੇ ਉਹ 5,000 10,000 ਤੇ ਜਿਹੜਾ ਹੈਗਾ ਕੰਮ ਕਰਦੀਆਂ ਨੇ, ਉਹਨਾਂ ਨੂੰ ਤੁਸੀਂ ਅੱਜ ਸ਼ਮਸ਼ਾਨ ਘਾਟ 'ਚ ਬਿਠਾਓਗੇ? ਤੁਸੀਂ ਆਪਾਂ ਮੈਂ ਤੁਹਾਨੂੰ ਇੱਕੋ ਗੱਲ ਕਹੀ ਹੈ ਕਿ ਜਿਹੜਾ ਥੱਲੂ ਤੋਂ ਲੈ ਕੇ ਉੱਪਰ ਤੱਕ ਦਾ ਜਿਹੜਾ ਤਾਨਾਵਾਨ ਹੈ ਉਹ ਜਿਹੜਾ ਸਭ ਤੋਂ ਥੱਲੇ ਵਾਲਾ ਬੰਦਾ। ਸਰ ਇਹ ਸਿਰਫ ਪੰਜਾਬ ਵਿੱਚ ਹੀ ਹੈ? ਸਿਰਫ ਪੰਜਾਬ ਵਿੱਚ ਹੀ ਇਹੋ ਜਿਹੇ ਹੁਕਮ ਜਾਰੀ ਹੋਏ ਜਾਂ ਹੋਰ ਕਿਤੇ ਵੀ ਹੋਏ ਆ?
जो मेरे को आज जो आज ही ऑर्डर होए ना तो पंजाब दे हैं ते फिर कौन दसूगा सेहत सेहत मंत्री साहब नु कौन दसूगा सरकार नु कौन दसूगा मुल्तानी साहब सेहत मंत्री साहब नु पता है ना गल्लां वास्ते ਉਹ ਤਾਂ ਪਿੱਛੇ ਜੇ ਵੈਸੇ ਮੁੱਕਰ ਕੇ ਆਪਣੇ ਘਰ ਦੇ ਬਾਹਰ ਤਾਂ ਉਹਨੇ ਲਿਖ ਕੇ ਲਾਇਆ ਹੋਇਆ ਸੀਗਾ ਕਿ ਪਬਲਿਕ ਡੀਲਿੰਗ ਬੰਦ ਹੈ ਉਹਨਾਂ ਨੂੰ ਕੀ ਦੱਸਣਾ ਕਿਸੇ ਨੇ ਸਿਹਤ ਮੰਤਰੀ ਨੂੰ ਕੀ ਦੱਸ ਕੇ ਕਰੋਗੇ ਤੁਸੀਂ ਸਿਹਤ ਮੰਤਰੀ ਨੇ ਤੇ ਆਪ ਬੰਦੇ ਇਕੱਠੇ ਲੋਕਾਂ ਨੇ ਕਿਹਾ ਸੀਗਾ ਸਰਕਾਰ ਨੇ ਕਰਫਿਊ ਲਗਾਇਆ ਇਸ ਕਰਕੇ ਕਿ ਸੋਸ਼ਲ ਡਿਸਟੈਂਸ ਬਣੀ ਰਵੇ ਔਰ ਸਿਹਤ ਮੰਤਰੀ ਜੀ ਆਪ ਹੀ ਪਿਆਜ਼ ਵੰਡਦੇ ਫਿਰਦੇ ਆ ਕਿ ਸਿਹਤ ਮੰਤਰੀ ਦੇ ਕੋਲ ਜਾ ਕੇ ਗੱਲ ਕਰੀਏ ਅਸੀਂ ਡਾਕਟਰ ਮੁਲਤਾਨੀ ਸਵਾਲ ਸਿਰਫ ਕੋਰੋਨਾ ਪੇਸ਼ੈਂਟਸ ਦਾ ਨਹੀਂ ਹੈਗਾ एक होर इंसीडेंट थोन दस दें डॉक्टर मुल्तानी एक इंसीडेंट होर दस दें खरड़ के पिंड दाऊ माजरा का इंसीडेंट है जिथे सुपुरदे खाक से भी रोक लगी एक कुड़ी जिसकी मौत कोरोना की वजह करके नहीं सी हुई मिर्गी की पेशेंट सी 14 साल कुड़ी की मौत हुई उसनू सुपुरदे खाक करने के लिए उसका परिवार गया उसके लिए कब्रस्तान के दरवाजे बंद कर दिए गए जिहड़ियां औरतां उत्थे गईयां सन उन्हां दी पिंड विच एंट्री बैन कर दी गई फिर असीं कित्थे खड़े हाँ किते भी नहीं खड़े ਖੜੇ ਖੜੇ ਕਿੱਥੇ ਹੋ ਰਹਾ ਉਹਦੇ ਚ ਲੋਕਾਂ ਨੂੰ ਦੁਬਾਰਾ ਜਿਵੇਂ ਕਹਿੰਦੇ ਨਵਾਂ ਜੀਵਨ ਮਿਲੇਗਾ ਇੱਕ ਕੋਰੋਨਾ ਤੋਂ ਬਾਅਦ ਇਹ ਸਾਰੀਆਂ ਸਮਾਜਿਕ ਕਦਰਾਂ ਕੀਮਤਾਂ ਇਹ ਨਵੀਆਂ ਬਣਾਉਣੀਆਂ ਪੈਣਗੀਆਂ ਇਹ ਜਿਹੜੀਆਂ ਲੋਕਾਂ ਦੇ ਦਿਮਾਗ ਦੇ ਵਿੱਚ ਗਲਤ ਧਾਰਨਾਵਾਂ ਬਣੀ ਹੋਈ ਨਵੀਆਂ ਬਣਾਉਣੀਆਂ ਕਿ ਮੈਂ ਪਿੱਛੇ ਵੀ ਵਾਰ ਵਾਰ ਇੱਕ ਵਾਰੀ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਸਾਡਾ ਸਿਹਤ ਵਾਲਾ ਸਿਸਟਮ ਤੇ ਜਿਹੜਾ ਸਿੱਖਿਆ ਵਾਲਾ ਸਿਸਟਮ ਹੈ ਇਹ ਕੋਲੈਪਸ ਸਿਸਟਮ ਹੈ ਇਹ ਐਵੇਂ ਜਿਵੇਂ ਆਪਾਂ ਕਹਿੰਦੇ ਹਾਂ ਨਾ ਇੱਕ ਟੈਂਪਰੇਰੀ ਅਡੋਕ ਬੇਸਿਸ ਤੇ ਚੱਲ ਰਿਹਾ ਸੋਸ਼ਲ ਸਿੱਖਿਆ ਜਿਹੜੀ ਹੈਗੀ ਆ ਸਕੂਲ ਦੇ ਵਿੱਚ ਇੱਕ ਐਜੂਕੇਸ਼ਨ ਸਿਸਟਮ ਤੁਹਾਨੂੰ ਬਣਾਉਣਾ ਪਏਗਾ ਉਹਦੇ ਵਿੱਚ ਮੈਂ ਵਾਰ ਵਾਰ ਇਹ ਗੱਲ ਕਹਿੰਦਾ ਹਾਂ ਇਹ ਜਿਹੜੇ ਬੱਚੇ ਸਾਡੇ ਹੈਗੇ ਆ ਉਹਨੂੰ ਭੂਆ ਔਰ ਮਾਸੀ ਦਾ ਡਿਫਰੈਂਸ ਨਹੀਂ ਪਤਾ ਉਹ ਇਸ ਕਰਕੇ ਨਹੀਂ ਪਤਾ ਕਿਉਂਕਿ ਉਹ ਹਾਂਜੀ ਇਹ ਮੰਮਾ ਦਾ ਭੈਣ ਹੈਗੀ ਹੈ ਇਹ ਪਾਪਾ ਦੀ ਭੈਣ ਹੈਗੀ ਹੈ ਜਦੋਂ ਇੱਕ ਇੱਕ ਆਪਣਾ ਮਾਸੀ ਔਰ ਭੂਆ ਦੇ ਵਿੱਚ ਕਿੱਡਾ ਵੱਡਾ ਡਿਫਰੈਂਸ ਹੁੰਦਾ ਹੈ ਅੱਜ ਲੋਕਾਂ ਨੂੰ ਇਸ ਗੱਲ ਦਾ ਨਹੀਂ ਸਮਝ ਲੱਗ ਸਕੀ ਕਿ ਇਹ ਜਿਹੜਾ ਜਿਉਂਦਾ ਸਰੀਰ ਹੈ ਇਹੀ ਕੰਮ ਆਉਣਾ ਸਿਰਫ ਉਸ ਤੋਂ ਬਾਅਦ ਜਿਹੜੀ ਇਹ ਬਣ ਕੇ ਜਿਹੜੀ ਸਵਾਹ ਬਣ ਜਾਂਦੀ ਹੈ ਇਹਦੀ ਰਾਖੀ ਕਰਨ ਦੀ ਜ਼ਰੂਰਤ ਨਹੀਂ ਹੈ ਇਹਨੂੰ ਚੁੱਕ ਚੁੱਕ ਕੇ ਭਾਂਡਿਆਂ 'ਚ ਪਾ ਕੇ ਉਹਦੇ ਉੱਤੇ ਮੰਤਰ ਚਲਾ ਕੇ ਉਹਦੇ ਉੱਤੇ ਮੌਲੀਆਂ ਬੰਨ ਕੇ ਉਹਦੇ ਉੱਤੇ ਪਤਾ ਨਹੀਂ ਕੀ ਪਾ ਕੇ ਫਿਰ ਕਿਹੜੇ ਉਹਨੂੰ ਪਵਿੱਤਰ ਜਗ੍ਹਾ ਦੇ ਉੱਤੇ ਜਾ ਕੇ ਮੁਲਤਾਨੀ ਸਾਹਿਬ ਸਾਰਾ ਮੁਲਤਾਨੀ ਸਾਹਿਬ ਮੇਰੇ ਸਾਹਮਣੇ ਇੱਕ ਡਾਕਟਰ ਗੱਲ ਕਰ ਰਿਹਾ ਜਾਂ ਇੱਕ ਤਰਕਸ਼ੀਲ ਗੱਲ ਕਰ ਰਿਹਾ ਦੋਨੇ ਚੀਜ਼ਾਂ ਨੇ ਮੈਨੇ 33 ਸਾਲ ਦੀ ਨੌਕਰੀ ਕੀਤੀ ਹੈ ਔਰ 33 ਸਾਲ ਦੀ ਨੌਕਰੀ ਦੇ ਵਿੱਚ ਜਿੱਥੇ ਜਿੱਥੇ ਮੈਨੂੰ ਕੋਈ ਮੌਕਾ ਮਿਲਿਆ ਉੱਥੇ ਮੈਨੇ ਲੋਕਾਂ ਨੂੰ ਤਰਕ ਨਾਲ ਗੱਲ ਸਮਝਾਈ ਹੈ ਜਿਹੜੇ ਇੱਕ ਨੈਸ਼ਨਲ ਪ੍ਰੋਗਰਾਮ ਸੀਗੇ ਜਦੋਂ ਸਿਹਤ ਬਾਰੇ ਗੱਲ ਕਰਦਾ ਸੀ ਉਹ ਸਾਰੀ ਲੋਕਾਂ ਦੇ ਸਾਰੇ ਸਾਹਮਣੇ ਕਰਦਾ ਸੀਗਾ ਉਹਨੂੰ ਲੋਕ ਤੁਸੀਂ ਤਰਕ ਕਹਿ ਲਓ ਚਾਹੇ ਉਸਨੂੰ ਮੈਂ ਡਾਕਟਰੀ ਤਰੀਕੇ ਨਾਲ ਗੱਲ ਸਮਝਾਉਣ ਦੀ ਕੀਤੀ ਸੀ ਇਹ ਅਸਲ 'ਚ ਜਿਹੜਾ ਤਰਕ ਹੈਗਾ ਇਹ ਡਾਕਟਰੀ ਤਰੀਕਾ ਸਮਝਾਉਣ ਦੀ ਗੱਲ ਹੈਗੀ ਹੈ ਵਿੱਚ ਕਿ ਸਿਹਤ ਹੈ ਤੇ ਸਿਹਤ ਹਾਂਜੀ ਸਾਡੇ ਸਰ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਸਾਇੰਸ ਕਿਤੇ ਹਾਰ ਤਾਂ ਨਹੀਂ ਜਾਵੇਗੀ ਸਾਇੰਸ ਹਾਰ ਗਈ ਅੰਧ ਵਿਸ਼ਵਾਸ ਜਿੱਤ ਗਿਆ ਇੱਥੇ ਮੇਰੇ ਆਹ ਜਿਹੜਾ ਪਰਸੋਂ ਚੌਥੇ ਜੋ ਕੁਛ ਹੋਇਆ ਸੀਗਾ ਉਸ ਦਿਨ ਵੀ ਮੇਰੇ ਵਰਡ ਲਾਸਟ 'ਚ ਇਹੀ ਗੱਲ ਕਹੀ ਸੀ ਕਿ ਸਾਇੰਸ ਹਾਰ ਗਈ ਅੰਧ ਵਿਸ਼ਵਾਸ ਜਿੱਤ ਗਿਆ ਲੋਕਾਂ ਨੇ ਇਹ ਜਿਹੜੇ ਲੀਡਰਸ ਨੇ ਜਿਹੜੇ ਹੈਗੇ ਆ ਉਹਨਾਂ ਨੇ ਲੋਕਾਂ ਨੂੰ ਇੰਨਾ ਭੰਬਲ ਭੂਸੇ 'ਚ ਪਾਇਆ ਹੋਇਆ ਹੈ ਇਹ ਡੇਰਾਵਾਦ ਨੇ ਇੰਨਾ ਭੰਬਲ ਭੂਸੇ 'ਚ ਪਾਇਆ ਹੋਇਆ ਹੈ ਔਰ ਸਰੀਰ ਦਾ ਬਣਾ ਕੇ ਕੁਛ ਹੋਰ ਰੱਖਤਾ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਹੜੇ ਕਿਹੜੇ ਸਵਰਗ ਦੀਆਂ ਗੱਲਾਂ ਕਰ ਰਹੇ ਨੇ ਕਿਹੜੇ ਸਵਰਗ 'ਚ ਇਹਨਾਂ ਨੇ ਲੈ ਕੇ ਜਾਣਾ ਤੇ ਕਿਹੜੇ ਸਵਰਗ ਤੋਂ ਨਰਕ ਤੋਂ ਅਸੀਂ ਵਾਪਸ ਆਏ ਸੀ ਵਿੱਚ ਡਾਕਟਰ ਸਾਹਿਬ ਆਪਾਂ ਕੁਛ ਹੋਇਆ ਕੱਲਾ ਤਾਲੀਆਂ ਵਜਾ ਲਈਆਂ ਜਿਹੜੀਆਂ ਹੈਗੀਆਂ ਥਾਲੀਆਂ ਵਜਾ ਲਈਆਂ ਉਹਦੇ 'ਚ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀਗਾ ਕਿ ਆਪਾਂ ਸ਼ਾਬਾਸ਼ ਦੇਣੀ ਹੈ ਉਹ ਜਲੂਸ ਕੱਢਣ ਬੈਠ ਕੇ ਥੱਲੇ ਬੈਠੇ ਹੋਏ ਜਿਹੜੇ ਹੈਗੇ ਆ ਸਰ ਜਿੱਥੇ ਤੁਸੀਂ ਰਹਿੰਦੇ ਹੋ ਮੁਲਤਾਨੀ ਸਾਹਿਬ ਜਿੱਥੇ ਤੁਸੀਂ ਰਹਿੰਦੇ ਹੋ ਮੁਲਤਾਨੀ ਸਾਹਿਬ ਉੱਥੇ ਪਟਾਕੇ ਚੱਲਦੇ ਪਏ ਸੀ ਸਰ ਹਾਂ ਮੈਂ ਉਹੀ ਗੱਲ ਕਹਿ ਰਿਹਾ ਆ ਪਰਸੋਂ ਵੀ ਤਾਂ ਇਹ ਕੁਛ ਹੀ ਹੋਇਆ ਔਰ ਜਿਹੜੇ ਪੜ੍ਹੇ ਤੇ ਪੜ੍ਹੇ ਲਿਖੇ ਲੋਕ ਨੇ ਮੈਂ ਮੋਹਾਲੀ 'ਚ ਰਹਿ ਰਿਹਾ ਮੈਨੇ ਉਹ ਕੁਛ ਦੇਖਿਆ ਭਾਵੇਂ ਮੈਂ ਪਿੰਡ ਦਾ ਰਹਿਣ ਵਾਲਾ ਹਾਂਗਾ ਡਿਸਟ੍ਰਿਕਟ ਹੁਸ਼ਿਆਰਪੁਰ ਮੇਰਾ ਜਨਮ ਹੋਇਆ ਸੀਗਾ ਔਰ ਮੈਂ ਉੱਥੇ 33 ਸਾਲ ਹੋ ਗਏ ਮੈਨੂੰ ਚੰਡੀਗੜ੍ਹ ਰਹਿੰਦੇ ਹੋ ਮੈਨੇ ਚੰਡੀਗੜ੍ਹ ਦੇ ਵਿੱਚ ਵੀ ਬਣ ਕੇ ਇਹ ਵਰਡ ਮੈਂ ਤੁਹਾਨੂੰ ਦੁਬਾਰਾ ਇਹ ਵਰਡ ਯੂਜ਼ ਕਰਦਾ ਦਾ ਮੋਰ ਦਾ ਐਜੂਕੇਟਡ ਦਾ ਮੋਰ ਦਾ ਈਵਲਸ ਇਹ ਲੋਕ ਉਹ ਲੋਕ ਨੇ ਜਿਹੜੇ ਦੂਸਰੇ ਲੋਕਾਂ ਨੂੰ ਇਨਫਲੂਐਂਸ ਕਰਦੇ ਨੇ ਔਰ ਅੱਜ ਜਿਹੜਾ ਹੈਗਾ ਸਿਸਟਮ ਮੈਨੇ ਇੱਕ ਦਿਨ ਪਹਿਲਾਂ ਜਦੋਂ ਕੋਰੋਨਾ ਵਾਲੀ ਬਿਮਾਰੀ ਸਟਾਰਟ ਹੋਈ ਸੀ ਉਸ ਦਿਨ ਮੈਨੇ ਇੱਕ ਵਰਡ ਯੂਜ਼ ਕੀਤੇ ਸੀ ਕਿ ਅਮੀਰਾਂ ਦੀ ਬਿਮਾਰੀ ਹੈ ਗਰੀਬਾਂ ਨੂੰ ਮਾਰੇਗੀ ਹੁਣ ਇਹ ਬਹੁਤ ਵੱਡੀ ਗੱਲ ਕਹਿ ਰਹੇ ਹੋ ਅਮੀਰਾਂ ਦੀ ਬਿਮਾਰੀ ਆ ਗਰੀਬਾਂ ਨੂੰ ਮਾਰੇਗੀ ਬਹੁਤ ਵੱਡੀ ਗੱਲ ਕਹਿ ਰਹੇ ਹੋ ਬਿਲਕੁਲ ਲੈ ਲਓ ਇਹ ਕਾਲਰ ਡਾਕਟਰ ਸਾਹਿਬ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਹਾਂ ਫਿਰ ਤੁਹਾਡੇ ਕੋਲ ਆਉਂਦੇ ਵਾਪਸ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਜੀ ਮੇਰਾ ਨਾਮ ਗੁਰਮੇਲ ਸਿੰਘ ਧਾਲੀਵਾਲ ਹੈ ਮੈਂ ਇੱਥੇ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ ਧਾਲੀਵਾਲ ਸਾਹਿਬ ਡਾਕਟਰ ਸਾਹਿਬ ਤੋਂ ਕੀ ਪੁੱਛਣਾ ਚਾਹੁੰਦੇ ਹੋ
ਪੁੱਛਣਾ ਤੁਸੀਂ, ਮੈਂ ਇਹ ਦੱਸਣਾ ਚਾਹੁੰਦਾ, ਤੁਹਾਡੇ ਕਨਵਰਸੇਸ਼ਨ ਸੁਣ ਰਿਹਾ ਸੀਗਾ ਜੀ, ਤੇ ਉਹਦੇ ਬਾਰੇ ਮੈਂ ਤੁਹਾਨੂੰ, ਕਿਉਂਕਿ ਤੁਸੀਂ ਸੋਲੂਸ਼ਨ ਲੱਭ ਰਹੇ ਹੋ ਇਸ ਜੀ 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 ਜਿਹੜਾ ਤੁਹਾਡਾ ਮੇਨ ਮਕਸਦ ਹੈ ਨਾ, ਤੁਸੀਂ ਸੋਲੂਸ਼ਨ ਲੱਭ ਰਹੇ ਹੋ, ਤੁਹਾਨੂੰ ਮਿਲ ਨਹੀਂ ਰਿਹਾ, ਤੇ ਮੈਂ ਤੁਹਾਨੂੰ ਕੁਛ ਆਪਣੀਆਂ ਗੱਲਾਂ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗਾ ਤੇ ਸ਼ਾਇਦ ਉਹਦੇ ਚੋਂ ਤੁਸੀਂ ਕੁਛ ਲੱਭ ਲਓ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ, ਕੇ ਪੀ ਸਿੰਘ ਹੋਣੀ, ਇਹਨਾਂ ਨੂੰ ਕਾਫੀ ਦੇਰ ਤੋਂ ਫਾਲੋ ਕਰ ਰਿਹਾ ਜਦੋਂ ਤੋਂ ਇਹਨਾਂ ਨੇ ਸਟਾਰਟ ਕੀਤਾ, ਪਹਿਲਾਂ ਇਹ PTC 'ਚ ਹੁੰਦੇ ਸੀ ਮੇਰੇ ਖਿਆਲ, ਜਦੋਂ ਤੱਕ ਮੈਨੂੰ ਪਤਾ ਹੈ, ਮੈਂ ਬਹੁਤ ਮਤਲਬ ਜਿਹੜੀ ਏਸ਼ੀਆ ਹੈ ਨਾ ਟੌਪ 10 ਕਸਟਮਰ ਰਿਹਾ ਸੀ ਜਦੋਂ ਸਟਾਰਟ ਹੀ ਹੋਈ ਸੀ ਟੀਵੀ ਏਸ਼ੀਆ ਦੀ, ਉਦੋਂ ਤੋਂ ਅਸੀਂ ਇਹ ਦੇਖ ਰਹੇ ਸਾਰਾ ਕੁਛ। ਮੈਂ ਤੁਹਾਨੂੰ ਕੁਛ ਗੱਲਾਂ ਦੱਸਾਂਗਾ, ਸ਼ਾਇਦ ਤੁਹਾਨੂੰ ਕੋਈ ਆਂਸਰ ਮਿਲ ਜਾਏ ਇਹਦੇ 'ਚ। ਦੇਖੋ ਜੀ, ਮੈਂ ਇੱਕ ਬਹੁਤ ਗਰੀਬ ਪਰਿਵਾਰ 'ਚ ਪੈਦਾ ਹੋਇਆ ਸੀ ਇੰਡੀਆ 'ਚ, ਤੇ ਮੇਰੇ ਫਾਦਰ ਸਾਹਿਬ ਬੜੇ ਆਨੈਸਟ ਸੀ ਬਹੁਤ ਜ਼ਿਆਦਾ, ਤੇ ਮੈਂ 5-10 ਮਿੰਟ ਤੁਹਾਡੇ ਲਾਂਗਾ, ਠੀਕ ਹੈ? ਸੰਖੇਪ ਵਿੱਚ ਗੱਲ ਕਰ ਸਕਦੇ ਹੋ ਧਾਲੀਵਾਲ ਸਾਹਿਬ ਤੋਂ ਜ਼ਿਆਦਾ ਬੈਟਰ ਹੋਏਗਾ, ਕਿਉਂਕਿ ਡਾਕਟਰ ਸਾਹਿਬ ਦੇ ਨਾਲ ਵੀ ਅਸੀਂ ਗੱਲਾਂ ਕਰਨੀਆਂ ਨੇ। ਸਰ, ਆਪਣੇ ਸ਼ੋਅ ਦਾ ਨਾਮ ਧਾਲੀਵਾਲ ਸਾਹਿਬ, 2 ਦਾ ਪੁਆਇੰਟ ਹੈ, 2 ਦਾ ਪੁਆਇੰਟ ਗੱਲ ਕਰੋਗੇ ਤਾਂ ਬਿਹਤਰ ਰਹੂਗਾ, ਮੈਂ ਤੁਹਾਡਾ ਬਾਅਦ 'ਚ ਗੱਲ ਕਰ ਲੂੰਗਾ, ਵੱਡੀ ਗੱਲ ਕਰ ਲੂੰਗਾ ਤੁਹਾਡਾ। ਚਲੋ ਠੀਕ ਹੈ, ਹਾਂਜੀ ਚਲੋ, ਮੈਂ ਤੁਹਾਨੂੰ ਦੱਸਦਾ ਇਹਦੇ 'ਚ ਥੋੜ੍ਹਾ ਜਿਹਾ, ਜਿੰਨਾ ਕੁ ਮੈਨੂੰ ਮਤਲਬ ਸਮਝ ਆ ਜਿਹੜੀ ਗੱਲ ਤੁਸੀਂ ਲੱਭ ਰਹੇ, ਤੁਹਾਨੂੰ ਮਿਲ ਨਹੀਂ ਰਿਹਾ ਅਸਲ 'ਚ। ਦੇਖੋ ਜੀ, ਮੇਰੇ ਫਾਦਰ ਸਾਹਿਬ ਨੇ ਮਤਲਬ ਆਨੈਸਟ ਸੀਗੇ ਬਹੁਤ ਜ਼ਿਆਦਾ, ਤੇ ਉਹ ਮਤਲਬ ਵੀ ਮੈਂ ਤੁਹਾਨੂੰ ਮੇਰਾ ਕਹਿਣ ਦਾ ਮਤਲਬ ਵੀ ਇਹ ਘਰ 'ਚੋਂ ਗੱਲ ਸ਼ੁਰੂ ਹੁੰਦੀ ਆ ਅਸਲ ਦੇ ਵਿੱਚ, ਇਹ ਬਾਹਰੋਂ ਨਹੀਂ ਹੁੰਦੀ, ਅਸੀਂ ਬਾਹਰੋਂ ਲੱਭ ਰਹੇ ਹਾਂ ਪਰ ਇਹ ਅੰਦਰੋਂ ਸ਼ੁਰੂ ਹੁੰਦੀ ਆ ਅਸਲ 'ਚ। ਤੇ ਉਹਨਾਂ ਨੇ ਨਾ ਮਤਲਬ ਵੀ ਮੈਨੂੰ ਪੜ੍ਹਾਇਆ, ਮੈਂ ਪਹਿਲਾਂ ਸੀ ਜਿਹੜਾ ਮਤਲਬ ਪੋਸਟ ਗ੍ਰੈਜੂਏਸ਼ਨ ਕੀਤੀ, ਮਾਸਟਰ ਡਿਗਰੀ ਕੀਤੀ, ਕਨਾਵਸ DAV ਕਾਲਜ ਜਲੰਧਰ ਗਿਆ, ਹੋਸਟਲ ਰਿਹਾ, ਸਾਰਾ ਕੁਛ ਮਤਲਬ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਇੱਕ ਇਗਜ਼ਾਮਪਲ ਦਊਂਗਾ, ਬੜੀਆਂ ਇਗਜ਼ਾਮਪਲਾਂ ਮੇਰੇ ਫਾਦਰ ਸਾਹਿਬ ਦੀਆਂ, ਪਰ ਇੱਕ ਦਊਂਗਾ। ਉੱਥੇ ਨਾ ਮੇਰੇ ਪਿੰਡ ਦਾ ਮਤਲਬ ਬਜ਼ੁਰਗ ਸੀ, ਉਹਨੇ ਮੈਨੂੰ ਕਿਹਾ ਕਿ ਬੇਟਾ ਕਾਕਾ ਕਿੱਥੇ ਪੜ੍ਹਦਾ ਹੁੰਦਾ, ਮੈਂ ਕਿਹਾ DAV ਕਾਲਜ, ਕਹਿੰਦਾ ਪਰ ਤੂੰ ਤਾਂ ਜੋ ਕਰਦਾ ਕਰਦਾ, ਪਰ ਮੇਰੇ ਕੋਲ ਗੱਲ ਸੁਣ ਲਾ, ਮਤਲਬ ਤੂੰ ਕਿਹੜਾ ਪੋਤੇ ਆ, ਮਤਲਬ ਮੈਂ ਉਹਦੀ ਉਦਾਹਰਨ ਦੇਣਾ ਚਾਹੁੰਦਾ। ਕਹਿੰਦਾ ਇੱਕ ਵਾਰੀ ਅਸੀਂ ਇੱਟਾਂ ਲੱਗਣ ਗਏ ਸੀ ਭੱਠੇ ਤੇ ਤੇਰੇ ਫਾਦਰ ਦਾ ਵੀ ਗੱਡਾ ਸੀ, ਮੇਰੇ ਫਾਦਰ ਦਾ ਵੀ ਗੱਡਾ ਸੀ, ਤੇ ਕਹਿੰਦਾ ਮੈਂ ਕਿਹਾ ਅੱਜ ਗਿਆਨੀ ਜੀ ਦਾ ਇਮਤਿਹਾਨ ਲੈਣਾ ਹੈਗਾ, ਤੇ ਕਹਿੰਦੇ ਗਿਆਨੀ ਪਰ ਇਹਦੇ ਇਮਤਿਹਾਨ ਲੈਣਾ ਹੈਗਾ। ਕਹਿੰਦੇ ਅਸੀਂ ਇੱਟਾਂ ਲੱਗ ਲਈਆਂ, ਮੈਂ ਆਪਣੇ ਉਹਨਾਂ ਦੇ ਗੱਡੇ ਦੇ ਮੂਹਰੇ ਹੌਲੀ ਕਦਾਣੀ ਹੋ ਕੇ ਨਾ ਇੱਟਾਂ ਸੁੱਟਣੀਆਂ ਸ਼ੁਰੂ ਕਰਤੀਆਂ, ਜਦੋਂ ਕਹਿੰਦਾ ਉਹਨਾਂ ਨੇ ਖੜਾਕਾ ਸੁਣਿਆ ਤੁਹਾਡੇ ਪਾਸ, ਉਹ ਭੱਜੇ ਆਏ, ਕਹਿੰਦੇ ਨਾਜ਼ਰ ਸਿੰਘ ਇਹ ਕੀ ਕਰ ਰਿਹਾ ਹੈਗਾ, ਉਹ ਕਹਿੰਦੇ ਚੁੱਪ ਕਰ, ਇੱਥੇ ਕੋਈ ਦੇਖ ਨਹੀਂ ਰਿਹਾ, 100-200 ਤੂੰ ਪਾਲਾ, 100-200 ਮੈਂ ਪਾਲਣਾ, ਆਪਾਂ ਚੱਲੀ। ਉਹ ਕਹਿੰਦਾ ਨਾਜ਼ਰ ਸਿੰਘ, ਮੇਰੇ ਫਾਸਾ ਕਹਿੰਦੇ ਨਾਜ਼ਰ ਤੂੰ ਤਾਂ ਮੇਰੀ ਸਾਰੀ ਜ਼ਿੰਦਗੀ ਦਾ ਕਮਾਈ ਲੁੱਟ ਲਈ, ਮਤਲਬ ਉਹਨਾਂ ਸਾਰੀਆਂ ਇੱਟਾਂ ਲੱਦ ਕੇ ਦੁਬਾਰਾ ਗਿਣ ਕੇ ਉਹਦੇ ਚੋਂ 5 ਉੱਥੇ ਰੱਖ ਕੇ, ਕਹਿੰਦਾ ਤੂੰ ਉਸ ਪੁੱਤ ਦਾ, ਉਸ ਬੰਦੇ ਦਾ ਪੁੱਤ ਹੈ, ਹੁਣ ਤੁਸੀਂ ਦੇਖ ਲਓ ਕਿ ਅਸੀਂ ਕਿੱਥੇ ਖੜੇ ਹਾਂ। ਮੈਂ ਫਿਰ ਦੇਖੋ ਇਸ ਕੰਟਰੀ 'ਚ ਆਇਆ, ਮੇਰੀ ਬੇਟੀ ਨੇ UC Berkeley ਕੁਆਲੀਫਾਈ ਕੀਤਾ, ਵਰਲਡ ਕਲਾਸ ਦੀ ਨੰਬਰ 1 ਯੂਨੀਵਰਸਿਟੀ ਹੈ, ਤੇ ਇੱਥੇ ਉਹਨੇ ਮੈਡੀਕਲ ਦੇ ਵਿੱਚ ਫਸਟ ਈਅਰ ਆਇਆ ਉਹਦਾ, ਇੰਟਰਨਲ ਮੈਡੀਸਨ ਦੇ ਵਿੱਚ, ਇੱਕੋ ਹੀ ਮੇਰੀ ਬੇਟੀ ਹੈ। ਤੇ ਸਰ, ਤੁਸੀਂ ਇੱਥੇ ਰਹਿ ਕੇ ਸਿਸਟਮ ਕਿਉਂ ਨਹੀਂ ਸੁਧਾਰਨ ਦੀ ਕੋਸ਼ਿਸ਼ ਕੀਤੀ ਧਾਲੀਵਾਲ ਸਾਹਿਬ? ਤੁਸੀਂ ਇੱਥੇ ਰਹਿ ਕੇ ਸਿਸਟਮ ਸੁਧਾਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਤੁਸੀਂ ਦੇਸ਼ ਛੱਡ ਕੇ ਕਿਉਂ ਚਲੇ ਗਏ ਫਿਰ? ਉਹ ਇਹਦਾ ਹੋਇਆ, ਮੈਂ ਤੁਹਾਨੂੰ ਦੱਸਾਂ ਕਿ ਇੱਥੇ ਉਸ ਵਕਤ ਅਨਇੰਪਲੋਇਮੈਂਟ ਬਹੁਤ ਜ਼ਿਆਦਾ ਸੀ, ਮੈਂ IAS ਦੇ ਵਿੱਚ ਬੜੀ ਮਤਲਬ ਜਾਣਾ ਚਾਹੁੰਦਾ ਸੀ, ਜਿੰਨੀ ਮੈਂ ਕਰ ਸਕਦਾ ਸੀ ਉਹ ਕੀਤਾ, ਪਰ ਮੈਂ ਉਹ ਫਾਈਟ ਨਹੀਂ ਕਰ ਸਕਿਆ, ਮਤਲਬ ਮੈਂ ਆਪਣਾ ਦੇਖਿਆ ਕਿ ਇਸ ਵਕਤ ਮੈਨੂੰ ਲੋੜ ਆ, ਮਤਲਬ ਵੀ ਆਪਣੀ ਨਹੀਂ। ਹੁਣ ਸਰ, ਅਸੀਂ ਫਾਈਟ ਕਰੀਏ ਕਿ ਨਾ ਕਰੀਏ, ਕਿ ਅਸੀਂ ਵੀ ਦੇਸ਼ ਛੱਡ ਕੇ ਚੱਲ ਜਾਈਏ? ਤੁਹਾਨੂੰ ਇੱਕ ਟੀਮ ਬਣਾਉਣੀ ਪੈਣੀ, ਦੇਸ਼ ਛੱਡਣਾ ਤਾਂ ਅਸੀਂ ਸਾਰਾ ਵਰਲਡ ਹੀ ਇੱਕ ਦੇਸ਼ ਆ, ਤੁਸੀਂ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਜੇ ਵੀ ਪਾਰਟ ਆ, ਮੈਂ ਬੜੇ ਲੋਕਾਂ ਦਾ ਫਾਇਦਾ ਕੀਤਾ, ਇੱਥੋਂ ਵੀ ਅਸੀਂ ਜੁੜੇ ਹੋਏ ਹਾਂ ਇੰਡੀਆ ਦੇ ਨਾਲ, ਕਦੀ ਤੁਸੀਂ ਟੁੱਟ ਨਹੀਂ ਜਾਂਦੇ। ਠੀਕ ਧਾਲੀਵਾਲ ਸਾਹਿਬ, ਇੱਕ ਗੁਜ਼ਾਰਿਸ਼ ਜ਼ਰੂਰ ਕਰਨਾ ਚਾਹੂੰਗਾ ਤੁਹਾਨੂੰ, ਮੈਂ ਬ੍ਰੇਕ ਲੈਣੀ ਹੈ। ਧਾਲੀਵਾਲ ਸਾਹਿਬ, ਜਿਹੜੀਆਂ ਚੰਗੀਆਂ ਗੱਲਾਂ ਤੁਹਾਡੇ ਫਾਦਰ ਸਾਹਿਬ ਦੇ ਖਜ਼ਾਨੇ 'ਚ ਤੁਹਾਡੇ ਕੋਲ ਪਈਆਂ ਨਾ, ਇਹ ਲੋਕਾਂ ਕੋਲ ਵੰਡਿਆ ਜ਼ਰੂਰ ਕਰਿਓ। ਮੈਂ ਵੰਡਦਾ, ਮੈਂ ਤਾਂ ਬਹੁਤ ਦੱਸਿਆ ਲੋਕਾਂ ਨੇ, ਇੱਥੇ ਬੜਾ ਭਲਾ ਕੀਤਾ ਉਹਨਾਂ ਨੇ, ਸਾਡੇ ਲੋਕ ਇੱਥੇ ਖੁਦਕੁਸ਼ੀਆਂ ਕਰਦੇ, ਸਾਡੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਪੁੱਤ ਆਪਾਂ ਨੂੰ ਤਾਂ ਰੱਬ ਨੇ ਬਾਦਸ਼ਾਹ ਬਣਾਇਆ, ਅਸੀਂ ਲੋਕਾਂ ਨੂੰ ਕਣਕ ਦੇ ਦੇਣ ਹੁੰਦੇ। ਧਾਲੀਵਾਲ ਸਾਹਿਬ, ਤੁਸੀਂ ਇਹੀ ਕਹਿਣਾ ਚਾਹ ਰਹੇ ਹੋ, ਹਾਰਨਾ ਨਹੀਂ ਆਪਾਂ, ਲੜਨਾ। ਕੋਰੋਨਾ ਵਾਇਰਸ ਜਦੋਂ ਗੱਲ ਕਰਨੀ ਸੀ ਤਾਂ ਸਾਰੇ ਇਸ ਤਰੀਕੇ ਨਾਲ ਚਰਚਾ ਨੂੰ ਅੱਗੇ ਵਧਾ ਰਹੇ ਆ ਕਿ ਜਿਹਦੇ ਵਿੱਚ ਤੁਹਾਨੂੰ ਧਰਮ, ਜਾਤ ਪਾਤ ਸਭ ਕੁਝ ਦਿਖੇ, ਅੰਧ ਵਿਸ਼ਵਾਸ ਦਿਖੇ, ਸਾਇੰਸ ਨਾ ਦਿਖੇ। ਪਰ ਅਸੀਂ ਜਦੋਂ ਇਹ ਪ੍ਰੋਗਰਾਮ ਸੋਚਿਆ ਸੀਗਾ, ਉਦੋਂ ਇਹ ਸੋਚਿਆ ਸੀਗਾ ਕਿ ਅਸੀਂ ਸਰਕਾਰਾਂ ਅਤੇ ਸਿਸਟਮ 'ਤੇ ਉਨੇ ਸਵਾਲ ਨਹੀਂ ਚੁੱਕਾਂਗੇ, ਕਿਉਂਕਿ ਵੇਲਾ ਸਵਾਲ ਚੁੱਕਣ ਦਾ ਨਹੀਂ ਹੈਗਾ। ਪਰ
हुण हालात यह बनते हैं जो साडा समाजिक ताना बाणा टुटता फिर सवाल पूछने पैणगे। इसलिए ब्रेक तो बाद वापस आके भी पूछूंगा जरूर। सवाल एको पूछ रहे हैं कोरोना वायरस के पीड़ितों के अगे केड़ा सिस्टम फेल हो रहा है। डॉक्टर मुल्तानी लगातार साडे नाल गल कर रहे हैं। डॉक्टर साहब तुसीं साइंस ते अंधविश्वास की गल की, डॉक्टर्स जिहड़े प्रिस्क्रिप्शन लिखते हैं, कल भी असी एक डॉक्टर के नाल गल कर रहे थे, परसों भी एक डॉक्टर के नाल गल कर रहे थे, शुरुआत होंदी है आरएक्स तो, उसके मायने की होंगे? मैं तुहानूं करैक्ट कर दवा, वो आरएक्स नहीं होंदा, एक्चुअली वो आरजे होंदा। आरजे, ओके, उहदा मतलब की होंदा? एक ग्रीक वर्ड हैगा रिटर जुपिटर इन द नेम ऑफ गॉड। इन द नेम ऑफ गॉड, ते डॉक्टर जो कहंदे आ कि इस वेले भी सानूं रब दा जिहड़ा हैगा वो सब तो पहला रब दा सहारा हैगा। रिटर जुपिटर इस वर्ड ਉਹਦੇ ਚ ਇੱਕ, ਹਾਂਜੀ ਤੁਸੀਂ ਪੁੱਛੋ ਮੈਂ ਤੁਹਾਨੂੰ ਦੱਸਦਾ। ਉਹਦੇ ਚ ਡਾਕਟਰ ਇਸ ਵੇਲੇ ਵੀ ਇਹ ਕਹਿ ਰਹੇ ਨੇ ਕਿ ਜਦੋਂ ਤੱਕ ਦਵਾਈ ਨਹੀਂ ਲੱਭੀ ਜਾਂਦੀ ਤਾਂ ਘਰ ਵਿੱਚ ਬਹਿ ਕੇ ਵੀ ਜਿਹੜੇ ਲੋਕ ਆਪਣੇ ਘਰਾਂ 'ਚ ਵੀ ਬੈਠੇ ਨੇ ਉਹ ਵੀ ਰੱਬ ਦਾ ਨਾਂ ਲੈਣ ਤਾਂ ਪੋਜ਼ਿਟਿਵਿਟੀ ਜਿਹੜੀ ਹੈਗੀ ਉਹ ਆਏਗੀ? ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਹੀਂ ਹੈ। ਇਹ ਇਸ ਤਰ੍ਹਾਂ ਕਿਸੇ ਡਾਕਟਰ ਨੇ ਨਹੀਂ ਇਹ ਗੱਲ ਕਹੀ। ਗੱਲ ਸਿਰਫ ਕਹੀ ਗਈ ਸੀ ਕਿ ਇਹ ਬਿਮਾਰੀ ਜਿਹੜੀ ਹੈ ਇਹ ਇੱਕ ਨਵੀਂ ਬਿਮਾਰੀ ਹੈ। ਅੱਜ ਤੱਕ ਮਲਟੀਪਲ ਥਿਊਰੀ ਸਾਰੀਆਂ ਨੇ। ਜਦੋਂ ਇਹ ਬਿਮਾਰੀ ਗੱਲ ਸਟਾਰਟ ਹੋਈ ਹੈ ਉਸ ਦੇ ਵਿੱਚ ਸਾਨੂੰ ਇਹ ਪਤਾ ਹੈ ਕਿ ਜਿੰਨਾ ਅਸੀਂ ਡਿਸਟੈਂਸ ਬਣਾ ਕੇ ਰੱਖਾਂਗੇ ਉਨਾ ਹੀ ਇਹ ਬਿਮਾਰੀ ਜਿਹੜੀ ਤੁਹਾਨੂੰ ਘੱਟ ਚਮੜੇਗੀ। ਇਹ ਵਰਡਸ ਕਹਿ ਗਏ ਸੀ, ਅੰਦਰ ਆਪਣੇ ਘਰ ਬੈਠ ਕੇ ਕੋਈ ਨਾਮ ਜਪੇ, ਕੋਈ ਜਿਹੜਾ ਹੈਗਾ ਅੰਦਰ ਕਿਤਾਬ ਪੜ੍ਹੇ, ਕੋਈ ਅੰਦਰ ਬੈਠ ਕੇ ਕਰੋਨਾ ਖੇਡੇ, ਕੋਈ ਕੁਛ ਵੀ ਖੇਡੇ। ਇਹ ਡਾਕਟਰਸ ਨੇ, ਇਹ ਗੱਲ ਨਹੀਂ ਕਿ ਡਾਕਟਰਸ ਨੇ ਜੇ ਵੱਧ ਤੋਂ ਵੱਧ ਗੱਲ ਕਹੀ ਹੋਏਗੀ ਤਾਂ ਮੈਨੂੰ ਨਹੀਂ ਪਤਾ, ਮੈਂ ਇਹ ਗੱਲ ਨਹੀਂ ਸੁਣੀ ਅਗਰ ਕਿਸੇ ਡਾਕਟਰ ਨੇ ਕਹੀ ਹੈ ਕਿ ਨਾਮ ਜਪਣ ਵਾਲੀ ਗੱਲ। ਐਸਾ ਕੁਛ ਨਹੀਂ ਹੈ, ਨਾਮ ਜਪਣ ਵਾਸਤੇ ਕੋਈ ਡਾਕਟਰ ਨਹੀਂ ਕਿਸੇ ਨੂੰ ਕੁਛ ਵੀ ਕਹਿੰਦਾ। ਲੇਕਿਨ ਇੱਕ ਗੱਲ ਨੂੰ ਆਪਾਂ ਨੂੰ ਮੰਨਣਾ ਪਏਗਾ ਕਿ ਧਰਮ ਇੱਕ ਜੀਵਨ ਜਾਂਚ ਹੈ, ਜਪਣ ਦੀ ਜ਼ਰੂਰਤ ਨਹੀਂ ਹੈ, ਉਸਨੂੰ ਪ੍ਰੈਕਟਿਸ ਕਰਨ ਦੀ ਜ਼ਰੂਰਤ ਹੈ। ਸੁਪਰੀਮ ਕੋਰਟ ਨੇ ਵੀ ਕਿਹਾ ਜਿਹੜਾ ਵਿਲੇਜਰ ਇਜ਼ ਅ ਵੇ ਆਫ ਲਾਈਫ। ਸੋ ਜੇ ਵੇ ਆਫ ਲਾਈਫ ਦੇ ਹਿਸਾਬ ਨਾਲ ਕਿਸੇ ਬੰਦੇ ਨੂੰ ਧਰਮ ਦੀ ਗੱਲ ਸਿਖਾਈ ਵੀ ਜਾਂਦੀ ਹੈ ਉਸਨੂੰ ਪ੍ਰੈਕਟਿਸ ਕਰਨ ਵਾਸਤੇ ਕਿਹਾ ਜਾਂਦਾ ਹੈ, ਉਸਦਾ ਪ੍ਰੈਕਟੀਕਲ ਰੂਪ ਜਿਹੜਾ ਹੈਗਾ ਉਹ ਸਮਝਣਾ ਹੋਏਗਾ। ਮੱਥੇ ਟੇਕਣ ਵਾਸਤੇ ਨਹੀਂ, ਕੋਈ ਵੀ ਡਾਕਟਰ ਕਹੇਗਾ। ਠੀਕ ਡਾਕਟਰ ਸਾਹਿਬ, ਤੁਸੀਂ ਸਾਇੰਸ ਦੀ ਮੈਡੀਕਲ ਸਾਇੰਸ ਦਾ ਜ਼ਿਕਰ ਕਰ ਰਹੇ ਹੋ ਵਾਰ-ਵਾਰ, ਮੈਂ ਇੱਕ ਚੀਜ਼ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੁੰਦਾ ਹਾਂ। ਨਿਰਮਲ ਸਿੰਘ ਖਾਲਸਾ ਹਰਾ ਜੀ ਉਹ ਚਲੇ ਗਏ, ਉਹਨਾਂ ਦੇ ਸੰਸਕਾਰ 'ਤੇ ਵਿਵਾਦ ਹੋਇਆ, ਉਸ ਤੋਂ ਬਾਅਦ ਫੁੱਲ ਚੁਗਨ ਦੀ ਰਸਮ ਅਦਾ ਹੁੰਦੀ ਹੈ, ਤੁਸੀਂ ਵੀਡੀਓ ਵੀ ਦੇਖਿਆ ਹੋਊਗਾ, ਉਹ ਸ਼ਾਰਟਸ ਦੇਖੇ ਹੋਣਗੇ ਤੁਸੀਂ। ਹਾਂਜੀ ਹਾਂਜੀ, ਅਤੇ ਫੁੱਲ ਚੁਗਨ ਦੀ ਰਸਮ ਵੇਲੇ ਵੀ ਉਹਨਾਂ ਦੇ ਪੂਰੀ PPE ਤਾਂ ਨਹੀਂ ਸੀ, ਪਰ ਉਸ ਦੇ ਬਾਵਜੂਦ PPE ਪਾ ਕੇ ਫੁੱਲ ਚੁਗੇ ਜਾ ਰਹੇ ਸੀ, ਉਹਦਾ ਮਤਲਬ ਕੀ ਹੈ ਸਰ? ਉਸ ਐਕਚੁਅਲੀ ਤੁਹਾਨੂੰ ਦੱਸਿਆ ਜਿਹੜਾ ਮੈਸੇਜ ਕਨਵੇ ਹੋਣਾ ਸੀ ਨਾ, ਮੈਸੇਜ ਤਾਂ ਕਨਵੇ ਹੋਇਆ ਨਹੀਂ ਡਾਇਰੈਕਟ। ਲੋਕ ਗੱਲ ਮੈਸੇਜ ਜੇ ਹੈਲਥ ਡਿਪਾਰਟਮੈਂਟ ਨੇ ਕਿਹਾ, ਜਿਵੇਂ ਮੀਡੀਆ ਸਾਰਾ ਜਿਹੜਾ ਹੈਗਾ ਡੇ 1 ਤੋਂ ਇਸ ਗੱਲ ਵਾਸਤੇ ਲੱਗਿਆ, ਸੋਸ਼ਲ ਮੀਡੀਆ 'ਤੇ ਵੀ ਸਟਾਰਟ ਹੋਇਆ, ਲੇਕਿਨ ਸੋਸ਼ਲ ਮੀਡੀਆ ਤਾਂ ਫਿਰ ਡਿਵਰਟ ਹੋ ਗਿਆ ਨਾ ਸਾਰਾ, ਕਰੋਨਾ ਦਾ ਮਾਹੌਲ ਹੀ ਉਡਾਉਣ ਲੱਗ ਗਿਆ। ਜਿਹੜੀ ਇਹ ਗੱਲ ਸੀਗੀ ਕਿ ਲੋਕਾਂ ਦੇ ਦਿਮਾਗ 'ਚੋਂ ਅਜੇ ਤੱਕ ਇਹ ਗੱਲ ਨਹੀਂ ਨਿਕਲ ਪਾਈ ਸੀ ਕਿ ਕਰੋਨਾ, ਕਿਉਂਕਿ ਉਸਦਾ ਇਲਾਜ ਨਹੀਂ ਨਿਕਲਿਆ। ਜੇ ਇਲਾਜ ਨਿਕਲਿਆ ਹੁੰਦਾ ਤਾਂ ਲੋਕਾਂ ਨੇ ਤਾਂ ਕਰੋਨਾ ਨੂੰ ਕਹਿੰਦੇ ਫੜ ਲਿਆਉਣਾ ਸੀ ਧੱਕੇ ਨਾਲ ਆਪਣੇ ਕੋਲ। ਅੱਜ ਲੋਕ ਸਿਰਫ ਡਰ ਰਹੇ ਨੇ ਇਸ ਕਰਕੇ ਕਿਉਂਕਿ ਉਸਦੀ ਆਪਾਂ ਗੱਲ ਕਰਦੇ ਉਸਦਾ ਇਲਾਜ ਨਹੀਂ ਹੈ। ਜਿਸ ਚੀਜ਼ ਦਾ ਇਲਾਜ ਮਿਲ ਜਾਂਦਾ ਫਿਰ ਤਾਂ ਲੋਕਾਂ ਨੇ ਕੁਛ ਵੀ ਕਰਾ ਲੈਂਦੇ ਲੋਕਾਂ ਨੂੰ, ਤੁਸੀਂ ਭਾਵੇਂ ਭਾਈ ਸਾਹਿਬ ਦੀ ਜਿਹੜੀ ਹੈਗੀ ਹੈ ਬੋਡੀ ਉਹਦੇ ਉੱਤੇ ਤੁਸੀਂ ਫੁੱਲ ਚੁਕਵਾ ਲੈਂਦੇ, ਭਾਵੇਂ ਉਸਨੂੰ ਮੱਥੇ ਟਿਕਾ ਲੈਂਦੇ, ਭਾਵੇਂ ਉਸਨੂੰ ਜੱਫੀਆਂ ਪਾ ਲੈਂਦੇ, ਜੇ ਇਲਾਜ ਹੁੰਦਾ ਤਾਂ। ਅੱਜ ਲੋਕ ਸਿਰਫ ਇਸ ਗੱਲ ਤੋਂ ਡਰੇ ਹੋਏ ਨੇ ਕਿ ਇਸਦਾ ਇਲਾਜ ਕੋਈ ਨਹੀਂ ਹੈ। ਮੈਨੂੰ ਇੱਕ ਚੀਜ਼ ਸਾਫ਼ ਕਰ ਦਿਓ ਡਾਕਟਰ ਸਾਹਿਬ, ਚੀਜ਼ਾਂ ਸਾਫ਼ ਕਰ ਦਿਓ। ਫੁੱਲ ਚੁਗਨ ਦੀ ਰਸਮ ਵੇਲੇ PPE ਜਾਂ ਅਧੂਰੀ PPE ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਜਾਂ ਹੈ? ਨਹੀਂ, ਜ਼ਰੂਰਤ ਨਹੀਂ, ਨਹੀਂ ਜ਼ਰੂਰਤ ਹੈ। ਉੱਥੋਂ ਕਹਾਣੀ ਖਤਮ ਹੋ ਚੁੱਕੀ ਹੋਈ ਹੈ, ਉੱਥੇ ਸਵਾਹ ਦੇ ਵਿੱਚ ਵਾਇਰਸ ਨਹੀਂ ਹੈ ਸਰ। ਸਵਾਹ ਦੇ ਵਿੱਚ ਵਾਇਰਸ ਨਹੀਂ ਹੈਗਾ, ਹਵਾ ਹੈਗੀ। ਸਵਾਹ ਦੇ ਵਿੱਚ ਵਾਇਰਸ ਨਹੀਂ ਹੈਗਾ, ਠੀਕ ਹੈ ਜੀ। ਉਸਦੇ ਆਸੇ ਪਾਸੇ ਹਵਾ 'ਚ ਵੀ ਵਾਇਰਸ ਨਹੀਂ ਹੈ, ਠੀਕ। ਸਾੜਨ ਦੇ ਟਾਈਮ 'ਤੇ ਵੀ ਵਾਇਰਸ ਨਹੀਂ ਸੀਗੀ, ਠੀਕ। ਜੇ ਕਿਸੇ ਡੈਡ ਬੋਡੀ ਨੂੰ ਜਿਹੜੀ ਕਰੋਨਾ ਨਾਲ ਭਾਈ ਸਾਹਿਬ ਦੀ ਸੀਗੀ ਜਾਂ ਹੋਰ ਆਪਾਂ ਡੈਥ ਦੀ ਗੱਲ ਕੀਤੀ ਹੈ, ਨਵਾਂਗਾਉਂ ਦੀ ਗੱਲ ਕੀਤੀ ਹੈ, ਲੁਧਿਆਣੇ ਦੀ ਗੱਲ ਕੀਤੀ ਹੈ, ਅੰਮ੍ਰਿਤਸਰ ਦੀ ਹੋਰ ਗੱਲ ਕੀਤੀ ਹੈ, ਉਸਦੀ ਬੋਡੀ ਨੂੰ ਤੁਸੀਂ ਡਾਇਰੈਕਟ ਟੱਚ ਨਹੀਂ ਕਰਦੇ ਤਾਂ ਵਾਇਰਸ ਤੁਹਾਡੇ ਕੋਲ ਨਹੀਂ ਪਹੁੰਚ ਸਕਦੀ। ਮੇਰੇ ਵਾਰ ਵਾਰ ਇੱਕ ਵਰਡ ਯੂਜ਼ ਕੀਤਾ ਸੀਗਾ ਕਿ ਇਹ ਵਾਇਰਸ ਤਾਂ ਇੰਨੀ ਢੀਠ ਹੈ, ਜਦੋਂ ਇਸ ਨੂੰ ਆਪਾਂ ਫੜ ਕੇ ਲੈ ਕੇ ਆਵਾਂਗੇ, ਉਹ ਵੀ ਬਾਂਹ ਤੋਂ ਫੜ ਕੇ ਲੈ ਕੇ ਆਵਾਂਗੇ ਤਾਂ ਤੁਹਾਡੇ ਘਰ ਵੜੇਗੀ, ਨਹੀਂ ਤਾਂ ਨਹੀਂ ਵੜਦੀ। ਠੀਕ ਡਾਕਟਰ ਸਾਹਿਬ, ਤੁਹਾਡੇ ਕੋਲ ਵੀ ਆਉਂਦੇ ਹਾਂ ਵਾਪਸ, ਇੱਕ ਕਾਲਰਸ ਨੇ ਕੁਛ ਸਾਡੇ ਨਾਲ ਜੁੜੇ ਹੋਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ ਸਰ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਸਰ ਜੀ ਪ੍ਰਗਟ ਸਿੰਘ ਪਰਲ ਕੈਲੀਫੋਰਨੀਆ ਜੀ। ਬਲ ਸਾਹਿਬ ਕੀ ਕਹਿਣਾ ਚਾਹੋਗੇ, ਡਾਕਟਰ ਸਾਹਿਬ ਤੋਂ ਕੀ ਪੁੱਛਣਾ ਚਾਹੁੰਦੇ ਹੋ?
ਡਾਕਟਰ ਸਾਹਿਬ ਤੇ ਸਾਡੇ ਕੋਲ ਆ ਪਰਦੇਸੀ ਆ, ਇਹ ਜਿਹੜੇ ਤਾੜੀਆਂ ਵੇਖੋ ਪੰਜਾਬੀ ਚ ਕਹਾਵਤ ਆ, ਜੈਸੀ ਜੈਸਾ ਰਾਜਾ ਤੈਸੀ ਪਰਜਾ, ਜਿੰਨਾ ਜ਼ੋਰ ਆ ਬੱਤੀਆਂ ਜਗਾਉਣ ਤੇ ਥਾਲੀਆਂ ਖੜਕਾਉਣ ਤੇ ਲਾਤਾ ਵਾ, ਤੇ ਇਹਨਾਂ ਜਿੱਦਾਂ ਡਾਕਟਰ ਸਾਹਿਬ ਦੱਸ ਰਹੇ ਆ ਇਹਨਾਂ ਕੋ ਇਹ ਪ੍ਰਧਾਨ ਮੰਤਰੀ ਨੂੰ ਏਦਾਂ ਮੋਟੀਵੇਟ ਕਰਨਾ ਚਾਹੀਦਾ ਵੀ ਜੇ ਬਿਮਾਰ ਹੋ ਜਾਂਦਾ ਕੀ ਕਰਨਾ, ਤੇ ਜੇ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਤੇ ਉਹਦਾ ਆਪਾਂ ਕੀ ਕਰਨਾ। ਤੁਸੀਂ ਵੇਖੋ ਨਾ, ਤੁਹਾਡਾ ਧੰਨਵਾਦ, ਤੁਸੀਂ ਜਸ ਟੀ ਵੀ ਰਾਹੀਂ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਜੋੜ ਕੇ ਜਾਗਰਤ ਕਰ ਰਹੇ ਜੀ, ਤੇ ਜਿਹੋ ਜਿਹਾ ਰਾਜਾ ਵਾ ਤੇ ਜੀ ਕਿੰਨਾ ਵਿਵਾਦ ਹੋਇਆ ਭਾਈ ਖਾਲਸਾ ਜੀ ਤੇ, ਤੇ ਅੱਜ ਮੈਂ ਪੜ੍ਹ ਰਿਹਾ ਸ਼ਾਇਦ ਤੁਸੀਂ ਪੜ੍ਹੀ ਹੋ ਜੀਤ ਅਖਬਾਰ 'ਚ, ਵੀ ਜਸਵਿੰਦਰ ਸਿੰਘ ਨਾਂ ਦਾ ਟੈਕਨੀਕਲ ਇੰਜੀਨੀਅਰ। ਬਿਲਕੁਲ ਬਿਲਕੁਲ, ਅਸੀਂ ਉਸ ਤੇ ਗੱਲ ਕਰਕੇ ਹਟੇ ਹਾਂ, ਅਸੀਂ ਉਹ ਗੱਲ ਕਰ ਰਹੇ ਹਾਂ ਜੀ ਸਾਰੀ ਉਹ। ਹਾਂਜੀ, ਤੇ ਤੁਸੀਂ ਦੱਸੋ ਜੇ ਅੱਜ ਉਹਦਾ ਸੰਸਕਾਰ ਬਾਬੇ ਸ਼ਹੀਦੀ ਪ੍ਰਸ਼ਾਸਨ ਕਰ ਸਕਦਾ ਸੀ ਤੇ ਉਦਣ ਕਿਉਂ ਨਹੀਂ ਕੀਤਾ? ਇਹ ਸਵਾਲ ਹੈ। ਅੱਜ ਹੁਣ ਆਬਾਦੀ ਉੱਥੋਂ ਚੁੱਕੀ ਗਈ ਆ। ਠੀਕ ਠੀਕ ਬਲ ਸਾਹਿਬ, ਤੁਹਾਡਾ ਪੁਆਇੰਟ ਨੋਟ। ਤੇ ਤੁਸੀਂ ਤੁਸੀਂ ਵੇਖੋ ਜੇ ਪ੍ਰਧਾਨ ਮੰਤਰੀ ਇੰਨਾ ਵੱਡਾ ਸਾਰੇ ਦੇਸ਼ 'ਚ ਨਵਾਂ ਗਾਂਵ ਵੀ ਗੜਗਾਂਵ ਵੀ ਸ਼ੁਰੂ ਹੋ ਗਿਆ, ਹੋਰ ਵੀ ਕਈ ਸਟੇਟਾਂ 'ਚ ਹੋਊ ਜਿਹੜੇ ਅਜੇ ਸਾਹਮਣੇ ਨਹੀਂ ਆ ਰਹੇ ਜੀ, ਤੇ ਪ੍ਰਧਾਨ ਮੰਤਰੀ ਨੇ ਇਹ ਤਾੜੀਆਂ ਕਿਉਂ ਨਹੀਂ ਮਰਵਾਈਆਂ ਵੀ ਜਿਹੜਾ। ਹੈਲੋ, ਹੈਲੋ ਸਰ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਅਮਰਿੰਦਰ ਸਿੰਘ ਜੀ ਬੋਲ ਰਿਹਾ, ਅਮਰਿੰਦਰ ਸਿੰਘ ਬੋਲ ਰਿਹਾ ਜੀ ਐਲਗਰੋ ਤੋਂ ਜੀ। ਸਾਹਿਬ ਜੀ, ਮੈਂ ਬਹੁਤਾ ਟਾਈਮ ਨਹੀਂ ਲੈਣਾ, ਮੈਂ ਇੱਕ ਨਾ ਡਾਕਟਰ ਸਾਹਿਬ ਦੀ ਥੋੜ੍ਹੇ ਵਾਧਾ ਕਰਨਾ ਉਹਨਾਂ ਦੀ ਜਾਣਕਾਰੀ ਹੈ ਜੀ। ਗੱਲ ਚੱਲਦੀ ਸੀ ਮਤਲਬ ਮੋਮਬੱਤੀਆਂ ਦੀ ਤੇ ਜੋ ਵੀ ਆ, ਇਹ ਅਸਲ ਵਿੱਚ ਜਿਹੜੀ ਗੱਲ ਮੋਮਬੱਤੀਆਂ ਕਰੋਨਾ ਕਰਕੇ ਨਹੀਂ ਜਗਾਈਆਂ ਗਈਆਂ, ਮੋਮਬੱਤੀਆਂ ਦਾ ਜਗਾਉਣ ਦਾ ਕਾਰਨ ਇਹ ਸੀ ਬੀਜੇਪੀ ਦੇ 20 ਸਾਲ ਪੂਰੇ ਹੋਏ ਸੀ 5 ਤਰੀਕ ਨੂੰ, ਇਹ ਉਹਦੀ ਖੁਸ਼ੀ ਵਿੱਚ ਮੋਮਬੱਤੀਆਂ ਜਗਾਈਆਂ ਗਈਆਂ ਨੇ। ਠੀਕ, ਬਹੁਤ ਬਹੁਤ ਸ਼ੁਕਰੀਆ। ਤਿੰਨ ਕਾਲਰ ਤੁਸੀਂ ਲਿੱਤੇ ਆ, ਗਗਨ ਸ਼ਮਸ਼ੇਰ ਸਿੰਘ, ਪ੍ਰਗਟ ਸਿੰਘ ਬਲ ਅਤੇ ਮਹਿੰਦਰ ਸਿੰਘ ਜੀ। ਸਾਰਿਆਂ ਦੇ ਸਵਾਲ ਪੋਲੀਟੀਕਲ ਸਿਸਟਮ ਨਾਲ ਜੁੜੇ ਹੋਏ ਆ, ਪੋਲੀਟੀਕਲ ਸਿਸਟਮ 'ਤੇ ਅਕਸਰ ਅਸੀਂ ਸਵਾਲ ਕਰਦੇ ਰਹਿੰਦੇ ਹਾਂ, ਪਰ ਇਸ ਵਕਤ ਸਵਾਲ ਆ ਜਿਹੜਾ ਉਹ ਪੋਲੀਟੀਕਲ ਸਿਸਟਮ ਨਾਲ ਸਾਡੇ ਹੈਲਥ ਸਿਸਟਮ 'ਤੇ ਹੈ, ਸਾਡੇ ਸੋਸ਼ਲ ਸਿਸਟਮ 'ਤੇ ਹੈ, ਅਸੀਂ ਇਹਨਾਂ ਸਵਾਲਾਂ ਦੇ ਜਵਾਬ ਕਦੋਂ ਲੱਭਾਂਗੇ? ਪੋਲੀਟੀਕਲ ਡਿਬੇਟ ਤਾਂ ਜਦੋਂ ਮਰਜ਼ੀ ਕਰ ਲਵਾਂ, ਮੈਂ ਜਦੋਂ ਮਰਜ਼ੀ 4 ਮਹਿਮਾਨ ਬਿਠਾਊਂਗਾ ਅਤੇ ਗੱਲ ਕਰ ਲੂੰਗਾ। ਸਾਨੂੰ ਇੱਕ ਹੋਰ ਵੀ ਸਮਝ ਨਹੀਂ ਹੋਏਗੀ, ਪੋਲੀਟੀਕਲ ਲੀਡਰ ਵੋਟਾਂ ਮੰਗਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਹੈਗੇ ਉਸ ਵੇਲੇ ਕਰਦੇ ਆ, ਇਸ ਵੇਲੇ ਵੀ ਕਰ ਰਹੇ ਹੋਣਗੇ, ਉਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਲੋਕਾਂ ਦੇ ਸਵਾਲ ਆਪਣੀ ਥਾਂ 'ਤੇ ਜਾਇਜ਼ ਨੇ, ਅਸੀਂ ਆਪਣੇ ਘਰਾਂ ਵਿੱਚ ਕਿਹੜੀ ਪੋਲੀਟਿਕਸ ਕਰ ਰਹੇ ਹਾਂ? ਇਹ ਸਵਾਲ ਸਾਨੂੰ ਆਪਣੇ ਆਪ ਤੋਂ ਪੁੱਛਣਾ ਹੋਏਗਾ। ਉਹ ਲੋਕ ਜਿਨ੍ਹਾਂ ਨੇ ਸਾਨੂੰ ਪੈਦਾ ਕੀਤਾ, ਉਹ ਲੋਕ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਉਹਨਾਂ ਦੀ ਡੈੱਡ ਬੋਡੀਜ਼ ਦੇ ਲਾਸਟ ਰਾਈਟਸ ਕਰਨ ਦੇ ਵਿੱਚ ਅਸੀਂ ਡਰ ਰਹੇ ਹਾਂ? ਲਾਸਟ ਰਾਈਟਸ ਕਰਨ ਦੇ ਲਈ ਕਲੇਮ ਵੀ ਨਹੀਂ ਕਰੇ, ਡੈੱਡ ਬੋਡੀ ਨੂੰ ਵੀ ਕਲੇਮ ਨਹੀਂ ਕਰ ਰਹੇ, ਪ੍ਰਸ਼ਾਸਨ ਸਮਝਾ ਕੇ ਥੱਕ ਗਿਆ ਕਿ ਡੀਸੀ ਦੇ ਨਾਲ ਗੱਲ ਹੋ ਗਈ, ਡਾਕਟਰਸ ਦੇ ਨਾਲ ਗੱਲ ਹੋ ਗਈ, ਉਸ ਤੋਂ ਬਾਅਦ ਵੀ ਮੰਨਣ ਲਈ ਅਸੀਂ ਤਿਆਰ ਨਹੀਂ ਹੈਗੇ। ਮੁਲਤਾਨੀ ਸਾਹਿਬ, ਜਿਹੜੀਆਂ ਗੱਲਾਂ ਅਸੀਂ ਕਰ ਰਹੇ ਸੀ ਸ਼ਾਇਦ ਤੁਸੀਂ ਪੂਰੀਆਂ ਨਾ ਸੁਣ ਸਕੇ ਹੋ, ਪਰ ਸਵਾਲ ਇਹ ਹੈਗਾ ਕਿ ਜਦੋਂ ਸਾਡੇ ਦਰਸ਼ਕ ਇਹ ਸਵਾਲ ਪੁੱਛਦੇ ਆ ਜਾਂ ਆਮ ਲੋਕ ਸਵਾਲ ਕਰਦੇ ਆ ਕਿ ਜਿਹੜੇ ਸਿਆਸਤਦਾਨ ਆ ਉਹ ਸਵਾਹ 'ਚੋਂ ਵੀ ਵੋਟਾਂ ਲੱਭਦੇ ਆ, ਮੇਰਾ ਸਵਾਲ ਇਹ ਨਹੀਂ ਹੈਗਾ ਸਰ, ਮੈਂ ਪੋਲੀਟੀਕਲ ਡਿਬੇਟ ਵੀ ਕਰਦਾ ਰਹਿੰਦਾ, ਅਸੀਂ ਸਵਾਲ ਪੁੱਛਦੇ ਰਹਿੰਦੇ ਹਾਂ, ਮੇਰਾ ਸਵਾਲ ਹੋਰ ਹੈ ਮੁਲਤਾਨੀ ਸਾਹਿਬ, ਮੇਰਾ ਸਵਾਲ ਹੋਰ ਹੈ, ਮੇਰਾ ਸਵਾਲ ਸਰ ਇਹ ਹੈਗਾ ਕਿ ਅੱਜ ਮੌਕਾ ਇਲਜ਼ਾਮ ਤਰਾਸ਼ੀਆਂ ਦਾ ਨਹੀਂ ਹੈਗਾ, ਅੱਜ ਮੌਕਾ ਹੈਗਾ ਆਪਦੇ ਆਪ ਨੂੰ ਜਾਗਰੂਕ ਕਰਨ ਦਾ, ਆਪਦੇ ਕੋਲੋਂ ਸਭ ਕੁਝ ਸ਼ੁਰੂ ਕਰਨ ਦਾ, ਫਿਰ ਇਹਨਾਂ ਸਿਆਸਤਦਾਨਾਂ ਨੂੰ ਵੀ ਸਮਝ ਆਜੂਗਾ ਕਿ ਅਸੀਂ ਜਾਗਰੂਕ ਹੋਏ ਜਾਂ ਨਹੀਂ ਹੋਏ। ਸਵਾਲ ਸਾਡੇ ਆਪਦੇ 'ਤੇ ਹੈ ਸਰ, ਤੁਸੀਂ ਕਹਿ ਰਹੇ ਹੋ ਕਰੋਨਾ ਨੂੰ ਬਾਂਹ ਫੜ ਕੇ ਲਿਆਉਣਾ ਪਊਗਾ, ਵੈਸੇ ਨਹੀਂ ਆਊਗਾ, ਜੋ ਅਸੀਂ ਬਾਂਹ ਆਪ ਫੜਦੇ ਪਏ, ਬਾਹਰ ਜਾਂਦੇ ਪਏ, ਅਸੀਂ ਕਰਫਿਊ ਤੋੜਦੇ ਪਏ, ਲਾਕਡਾਊਨ ਤੋੜਦੇ ਪਏ ਹਾਂ, ਉਦੋਂ ਅਸੀਂ ਪੋਲੀਟੀਸ਼ੀਅਨ ਥੋੜ੍ਹੀ ਸਵਾਲ ਕਰਾਂਗੇ? ਮੈਂ ਤਾਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਕਰਫਿਊ ਇੰਪੋਜ਼ ਕਰਨਾ ਸੀਗਾ ਉਹ ਇੰਪੋਜ਼ ਨਾ ਕਰਕੇ ਕੁਛ ਹੋਰ ਹੀ ਕਰੀ ਜਾ ਰਹੇ ਹੈ ਵਿੱਚ। ਮੈਨੇ ਬਾਰ ਬਾਰ ਰਿਪੀਟਡਲੀ ਇਹ ਗੱਲ ਕਹੀ ਹੈ, ਲੋਕਾਂ ਨੇ ਲੰਗਰ ਲਾਇਆ ਯਾਰ, ਲੰਗਰ ਅੱਜ ਜਿਹੜਾ ਜਿਹੜੀ ਬਿਮਾਰੀ ਸੀ, ਜਦੋਂ ਬਿਮਾਰੀ ਸ਼ੁਰੂ ਹੁੰਦੀ ਹੈ ਬੰਦਾ ਭੁੱਖ ਨਾਲ ਨਹੀਂ ਮਰਦਾ, ਲੋਕਾਂ ਲੋਕ ਜਿਹੜੇ ਹੈਗੇ ਨੇ ਜੇ ਦਾਨ ਕਰਦੇ ਨੇ ਤੇ ਜਾ ਕੇ ਕਹਿੰਦੇ ਜੀ ਅਸੀਂ ਮਰੀਜ਼ਾਂ ਨੂੰ ਦਵਾਈ ਖਵਾ ਕੇ ਰੋਟੀ ਖਵਾ ਕੇ ਆਏ ਹੈ, ਲੰਗਰ ਲਾਇਆ ਸੀਗਾ ਮੇਰੇ ਹੁਸ਼ਿਆਰਪੁਰ, ਮੈਨੇ ਦੇਖਿਆ ਕਿੱਡੀ ਵੱਡੀ, ਕਹਿੰਦੇ ਜੀ ਅਸੀਂ 10,000 ਬੰਦੇ ਨੂੰ ਰੋਜ਼ ਰੋਟੀ ਖਵਾ ਲਿਆ, ਪਿਛਲੇ 1.5-2 ਸਾਲ ਦੀ ਪਹਿਲਾਂ ਦੀ ਗੱਲ ਹੈ, ਕੋਈ ਹੁਸ਼ਿਆਰਪੁਰ ਵਾਲਾ ਬੰਦਾ ਇਹ ਵੀ ਗੱਲ ਕਹਿੰਦਾ ਹੈਲਥ ਫੈਸਿਲਿਟੀਜ਼ ਵੈਸੇ ਉੱਥੇ ਨਹੀਂ ਹੈ, ਕਿਸੇ ਨੇ ਹਸਪਤਾਲ ਬਣਾਇਆ, ਲੋਕੀ ਆਪਣਾ ਅੱਗਾ ਸਵਾਰ ਰਹੇ ਨੇ, ਲੋਕੀ ਜਿਹੜਾ ਹੈਗਾ ਜੇ ਆਪਾਂ ਸਿਹਤ ਦੀ ਗੱਲ ਕਰੀਏ ਸਿਹਤ ਕੁਛ ਨਹੀਂ, ਲੰਗਰ ਜਿਹੜਾ ਲੋਕਾਂ ਨੇ ਲੰਗਰ ਵੰਡਿਆ ਹੈ ਉਹ ਸਿਰਫ ਆਪਣੇ ਸਵਰਗ ਵਾਸਤੇ ਵੰਡਿਆ ਹੈ, ਇੱਥੇ ਮਰੀਜ਼ਾਂ ਦੀ ਮਦਦ ਵਾਸਤੇ ਨਹੀਂ ਵੰਡਿਆ ਹੋਇਆ, ਇਹ ਜਿਹੜੇ ਲੋਕ ਲੰਗਰ ਲਾ ਰਹੇ ਨੇ ਜਿਹੜੇ ਹੈਗੇ ਨੇ ਬਾਹਰ, ਪੁਲਿਸ ਮੈਨੇ ਦੇਖਿਆ ਚੰਗਾ ਕੰਮ ਕੀਤਾ, ਮੈਂ ਇਸ ਗੱਲ ਨੂੰ ਨਹੀਂ ਕਹਿੰਦਾ, ਲੇਕਿਨ ਪੁਲਿਸ ਨੇ ਕਰਫਿਊ ਲਾਉਣਾ ਸੀਗਾ ਉਹ ਵੀ ਲੰਗਰ ਵੰਡ ਰਹੀ ਸੀ।
ਸਰ ਅਸੀਂ ਤਾਂ ਖੁਸ਼ ਹੋ ਜਾਂਦੇ ਹਾਂ ਸਰ, ਸਰ ਅਸੀਂ ਤਾਂ ਖੁਸ਼ ਹੋ ਜਾਂਦੇ ਹਾਂ ਪੁਲਿਸ ਜੋ ਲੰਗਰ ਵੰਡਦੀ ਹੈ, ਕਹਿੰਦੇ ਹੁਣ ਡੰਡੇ ਨਹੀਂ ਮਾਰਦੀ ਪਈ ਲੰਗਰ ਵੰਡਦੀ ਪਈ ਹੈ। ਉਹਨਾਂ ਦਾ ਪਹਿਲਾ ਕੰਮ ਹੈ ਬੈਰੀਕੇਡਿੰਗ ਕਰਕੇ ਆਮ ਲੋਕਾਂ ਨੂੰ ਸਮਝਾਉਣਾ, ਉਹਨਾਂ ਨੂੰ ਰੋਕਣਾ, ਉਹਨਾਂ ਦਾ ਪਹਿਲਾ ਫਰਜ਼ ਇਹ ਬਣਦਾ ਸਰ। ਮੈਂ ਤੁਹਾਡਾ ਸਹਿਮਤ ਹਾਂ, ਪਹਿਲਾ ਫਰਜ਼ ਸੀਗਾ ਕਰਫਿਊ ਲੱਗਿਆ ਸੀਗਾ, ਔਰ ਕਰਫਿਊ ਜਿਹੜਾ ਸੀ ਉਹ ਲੰਗਰ ਖਵਾਉਣ ਵਾਸਤੇ ਨਹੀਂ ਸੀ ਲੱਗਿਆ। ਮੇਰੇ ਮੇਰੇ ਬਾਰ ਬਾਰ ਰਿਪੀਟਡਲੀ ਗੱਲ ਕਹੀ ਹੈ ਉਹਦੇ ਚ, ਫਿਰ ਤੁਸੀਂ ਦੇਖੋ ਮੇਰੇ ਮਿਨਿਸਟਰ ਦੀ ਵੀ ਇਸ ਤਰ੍ਹਾਂ ਗੱਲ ਕੀਤੀ ਹੈ ਕਿਉਂਕਿ ਰਿਕਾਰਡਡ ਹੈ। ਫਿਰ ਤੁਸੀਂ ਦੇਖੋ ਜਦੋਂ ਆਪਾਂ ਇਹ ਗੱਲ ਕਹੀ ਕਿ ਇਹ ਬਾਈ ਏਅਰ ਨਹੀਂ ਹੁੰਦਾ, ਫਿਰ ਤੁਸੀਂ ਮਾਸਕ ਕਾਹਦੇ ਲਈ ਦਾਨ ਕਰ ਰਹੇ ਹੋ? ਤੁਸੀਂ ਆਮ ਤੁਰੇ ਜਾਂਦੇ ਬੰਦੇ ਵਾਸਤੇ ਸੈਨੀਟਾਈਜ਼ਰ ਕਾਹਦੇ ਵਾਸਤੇ ਦਾਨ ਕਰ ਰਹੇ ਹੋ? ਜਦੋਂ ਬਾਰ ਬਾਰ ਰਿਪੀਟਡਲੀ ਤੁਸੀਂ ਕਿਸੇ ਵੀ ਲੈਵਲ ਨੈਸ਼ਨਲ ਇੰਟਰਨੈਸ਼ਨਲ ਕੋਈ ਬੁੱਕ ਪੜ੍ਹ ਲਓ, ਉਹਦੇ ਚ ਇਹ ਸੀਗਾ ਕਿ ਇਹ ਜਿਹੜਾ ਹੱਥ ਧੋਣਾ ਜਿਹੜਾ ਹੈਗਾ, ਇਹ ਸਾਬਣ ਜਿਹੜਾ ਹੈਗਾ, ਸਾਬਣ ਵੀ ਮੈਂ ਕਹਿੰਦਾ ਜਿਹੜਾ ਦੇਸੀ ਸਾਬਣ ਉਹ ਜ਼ਿਆਦਾ ਵਧੀਆ ਹੈ। ਉਸ ਸਾਬਣ ਦਾ ਕਿਸੇ ਨੇ ਕੋਈ ਡੋਨੇਟ ਨਹੀਂ ਕੀਤਾ। ਹੈਂਡ ਸੈਨੀਟਾਈਜ਼ਰ ਜਿਹੜੇ ਹੈਗੇ ਲੋਕੀ ਪਿੰਡਾਂ 'ਚ ਤੁਰੇ ਫਿਰਦੇ ਆ ਵਿੱਚ ਲੈ ਕੇ ਵਿੱਚ ਜਿਹੜੀ ਹੈਗੀ ਆ, ਮਤਲਬ ਕੋਈ ਕੋਈ ਬਿਮਾਰੀ ਦੀ ਗੱਲ ਤਾਂ ਸੁਣੀ ਨਹੀਂ ਕਿਸੇ ਦੀ ਕਿਸੇ ਨੇ। ਜਿਹੜਾ ਹੈਗਾ ਮਾਸਕ, ਅਸੀਂ ਕਹਿ ਰਹੇ ਹਾਂ ਕਿ ਏਅਰਬੋਰਨ ਹੈ ਹੀ ਨਹੀਂ ਹੈ। ਮਾਸਕ ਕਿਸ ਵਾਸਤੇ ਪਾਉਣਾ ਹੈ? ਮਾਸਕ ਹਸਪਤਾਲ 'ਚ ਪਾਉਣਾ ਹੈ, ਹਸਪਤਾਲ 'ਚ ਮਰੀਜ਼ ਨੂੰ ਚਾਹੀਦਾ ਹੈ, ਹਸਪਤਾਲ 'ਚ ਡਾਕਟਰਸ ਨੂੰ ਚਾਹੀਦਾ ਹੈ, ਜਿਹੜੇ ਹੈਲਥ ਸਰਵਿਸਿਸ ਕੰਮ ਕਰ ਰਹੇ ਨੇ ਉਹਨਾਂ ਨੂੰ ਚਾਹੀਦਾ ਹੈ, ਜਿਹੜੇ ਹੈਲਥ ਪਰਸੋਨਲ ਹੋਰ ਪਿੰਡਾਂ 'ਚ ਸ਼ਹਿਰਾਂ 'ਚ ਕੰਮ ਕਰ ਰਹੇ ਨੇ, ਉੱਥੇ ਲੋਕ ਜਿਹੜੇ ਹੈਗੇ ਨੇ ਬਾਥਰੂਮ 'ਚ ਪਾ ਕੇ ਬੈਠੇ ਹੈ। ਮੈਨੇ ਤੁਹਾਡੇ ਸਟੂਡੀਓ ਤੇ ਕਈ ਸਾਰੇ ਜਿਹੜੇ ਹੈਗੇ ਲੀਡਰ ਦੇਖੇ, ਮਿਨਿਸਟਰ ਦੇਖੇ, ਜਿਹਨਾਂ ਨੇ ਜਿਹੜਾ ਹੈਗਾ ਉਹ ਮਾਸਕ ਪਾਏ ਹੋਏ। ਕੀ ਸਰ ਸਾਡਾ ਸਟੂਡੀਓ ਸਟਾਫ ਪਾ ਰਿਹਾ ਜੀ? ਮੈਂ ਬਹੁਤ ਥਾਵਾਂ ਦੀ ਗੱਲ ਕਰ ਰਿਹਾ। ਠੀਕ ਹੈ ਫਿਰ ਠੀਕ ਹੈ ਫਿਰ ਠੀਕ ਹੈ ਪਾ ਰਹੇ ਸਰ। ਸਰ ਉਹਨਾਂ ਨੂੰ ਕੌਣ ਸਮਝਾਊਗਾ? ਮੇਰਾ ਸਵਾਲ ਇਹ ਹੈ ਸਰ, ਡਾਇਰੈਕਸ਼ਨ ਕੌਣ ਦਊਗਾ ਸਰ? ਹੁਣ ਜੇ ਤੁਸੀਂ ਹੈਲਥ ਮਿਨਿਸਟਰ ਦੇ ਸਵਾਲ ਚੁੱਕ ਰਹੇ ਹੋ, ਜੇ ਤੁਸੀਂ ਸਾਡੇ ਹੈਲਥ ਸਿਸਟਮ ਦੇ ਸਵਾਲ ਚੁੱਕ ਰਹੇ ਹੋ, ਡਾਇਰੈਕਸ਼ਨ ਕੌਣ ਦਊਗਾ ਫਿਰ? ਮੈਂ ਤੁਹਾਨੂੰ ਦੱਸ ਦਵਾਂ ਕਿ ਢੀਠਪੁਣਾ ਜਿਹੜਾ ਹੈਗਾ ਉਸਦਾ ਕੋਈ ਵੀ ਇਲਾਜ ਨਹੀਂ ਹੁੰਦਾ। ਜਿਹੜਾ ਬੰਦਾ ਇਹ ਗੱਲ ਢੀਠ ਹੀ ਹੋ ਚੁੱਕਿਆ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਜਿਹੜਾ ਬੰਦਾ ਅੱਗੇ ਕੋਈ ਟੈਕਨੀਕਲ ਬੰਦਾ ਜਾਂ ਤੁਹਾਡੇ ਉੱਪਰ ਜਿਹੜਾ ਜਿਸ ਨੇ ਤੁਹਾਡਾ ਕੋਈ ਇਲਾਜ ਕਰਨਾ ਹੈ ਜਾਂ ਕੋਈ ਪਰਹੇਜ਼ ਵਾਸਤੇ, ਉਸ ਦੀ ਤਾਂ ਗੱਲ ਹੀ ਨਹੀਂ ਸੁਣ ਰਿਹਾ ਕੋਈ ਵੀ। ਜੇ ਪਹਿਲੇ ਦਿਨ ਜਿਹੜਾ ਹੈਗਾ ਇਹ ਗੱਲ ਸੁਣੀ, ਜੋ ਅੱਜ ਪੰਜਾਬ ਦੇ ਹਾਲਾਤ ਨੇ ਹੁਣ ਬਹਾਲੀ, ਤੁਹਾਨੂੰ ਪਤਾ ਕਿੰਨੇ ਕੇਸਿਸ ਹੋ ਗਏ ਡਾਕਟਰ ਸਾਹਿਬ? ਟੀਟਪੁਣਾ ਹੈਗਾ ਜਾਂ ਡਰ ਇੰਨਾ ਜ਼ਿਆਦਾ ਭਾਰੂ ਹੋ ਗਿਆ ਜ਼ਹਿਨ ਤੇ ਕਿ ਉਹ ਲੋਕ ਕੁਝ ਹੋਰ ਸੋਚ ਹੀ ਨਹੀਂ ਰਹੇ? ਮੈਂ ਸਮਝਿਆ ਨਹੀਂ ਤੁਹਾਡੇ, ਤੁਸੀਂ ਕੀ ਕਿਹਾ? ਇਹ ਢੀਠਪੁਣਾ ਹੈਗਾ ਜਾਂ ਲੋਕਾਂ ਦੇ ਜ਼ਹਿਨ ਵਿੱਚ ਡਰ ਇੰਨਾ ਜ਼ਿਆਦਾ ਭਰ ਦਿੱਤਾ ਗਿਆ ਹੈ, ਖੌਫ ਇੰਨਾ ਜ਼ਿਆਦਾ ਪਾਰੂ ਹੋ ਗਿਆ ਕਿ ਬਾਕੀ ਕੁਝ ਉਹ ਸੋਚ ਹੀ ਨਹੀਂ ਪਾ ਰਹੇ? ਉਹਨਾਂ ਨੂੰ ਲੱਗਦਾ ਹੈ ਕਿ ਮਾਸਕ ਪਾਓ ਤੇ ਸੈਨੇਟਾਈਜ਼ ਕਰਦੇ ਰਹੋ, ਇਹੀ ਬਚਣ ਦਾ ਤਰੀਕਾ ਹੈ। ਚੌਹਾਨ ਸਾਹਿਬ, ਮੈਂ ਤੁਹਾਡੀ ਗੱਲ ਦੇ ਕਿ ਡਰ ਤਾਂ ਹੈ ਹੀ ਹੈ, ਲੇਕਿਨ ਡਰ ਦੇ ਕੋਈ ਇੱਕ ਢੀਠਪੁਣਾ ਜਿਹੜਾ ਕੁੱਟ ਕੁੱਟ ਕੇ ਲੋਕਾਂ ਦੇ ਅੰਦਰ ਭਰਿਆ ਹੋਇਆ ਹੈ, ਉਹ ਢੀਠਪੁਣਾ ਹੈਗਾ ਕਿ ਤੁਸੀਂ ਸਵਰਗ 'ਚ ਜਾਣਾ ਜੇ ਇੱਥੇ ਕੁਛ ਦਾਨ ਕੀਤਾ ਤਾਂ। ਇਹ ਗੱਲ ਪਹਿਲਾਂ ਲੋਕਾਂ ਨੂੰ ਆਪਣੇ ਦਿਮਾਗ 'ਚ ਕੱਢਣੀ ਪਏਗੀ ਕਿ ਸਵਰਗ ਨਾਂ ਦੀ ਕੋਈ ਚੀਜ਼ ਨਹੀਂ ਹੈ, ਮੇਰਾ ਸਵਾਲ ਸਰ ਇਹ ਹੈਗਾ, ਜਿਹੜਾ ਸਵਾਲ ਹੁਣ ਤੱਕ ਐਡਰੈਸ ਨਹੀਂ ਹੋਇਆ, ਘਰੇ ਬੈਠੇ ਸਾਰੇ ਹੱਥ ਧੋਈ ਜਾਂਦੇ ਆ, ਘਰੇ ਬੈਠੇ ਸਾਰੇ ਸੈਨੀਟਾਈਜ਼ਰ ਯੂਜ਼ ਕਰੀ ਜਾਂਦੇ ਆ, ਘਰੇ ਬੈਠੇ ਮਾਸਕ ਪਾਏ ਹੋਏ ਆ, ਸਰ ਉਹਦਾ ਮਤਲਬ ਕੀ? ਉਹ ਮਾੜਾ ਸਮਝਾ ਦਿਓ ਕਿਰਪਾ ਕਰਕੇ। ਪਹਿਲੇ ਦਿਨ ਇੱਕ ਗੱਲ ਕਹੀ ਹੈ ਸਰ ਕਿ ਇਸ ਨੂੰ ਕੋਰੋਨਾ ਦੀ ਬਿਮਾਰੀ ਨੂੰ ਪਹਿਲਾਂ ਸਮਝਣਾ ਪੈਣਾ ਸੀਗਾ ਕਿ ਫੈਲਦੀ ਕਿੱਦਾਂ। ਪਹਿਲੀ ਗੱਲ ਤਾਂ ਇਹ ਸੀਗੀ ਕਿ ਤੁਸੀਂ ਇਹ ਮੀਟਰ 1.5 ਮੀਟਰ ਦਾ ਡਿਸਟੈਂਸ ਬਣਾ ਕੇ ਰੱਖਣਾ ਹੈ, ਕਿਉਂਕਿ ਜਿਹੜੀ ਨੱਕ ਰਾਹੀਂ ਸਿਕਰੀਸ਼ਨ, ਅਗਰ ਤੁਸੀਂ ਛਿੱਕ ਮਾਰਦੇ ਹੋ, ਖਾਂਸੀ ਕਰਦੇ ਹੋ, ਤਾਂ ਦੂਜੇ ਦੇ ਬੰਦੇ ਦੇ ਸਰੀਰ ਤੇ ਜਾ ਸਕਦੀ ਹੈ, ਸਿੱਧਾ ਤੌਰ ਤੇ ਤੁਹਾਡੇ ਮੂੰਹ ਤੇ ਲੱਗ ਗਈ, ਤੁਹਾਡੇ ਹੱਥਾਂ ਤੇ ਲੱਗ ਗਈ, ਉਹ ਤੁਸੀਂ ਲਾ ਲਈ ਜਾਂ ਤੁਹਾਡੇ ਕੱਪੜਿਆਂ ਤੇ ਲੱਗ ਗਈ, ਤੁਸੀਂ ਉਸਨੂੰ ਹੱਥ ਲਾਇਆ ਤੇ ਤੁਹਾਡੇ ਤੇ ਲੱਗ ਗਈ। ਫਸਟ ਪਾਰਟ ਤਾਂ ਇਹ ਸੀ। ਨੰਬਰ 2 ਪਾਰਟ ਉਸਦਾ ਇਹ ਸੀ ਕਿ ਇਹ ਬਿਮਾਰੀ ਜਿਹੜੀ ਹੈਗੀ ਹੈ, ਜਦੋਂ ਤੁਸੀਂ ਕਿਸੇ ਕਰੋਨਾ ਵਾਲੇ ਬੰਦੇ ਨੂੰ ਟੱਚ ਕੀਤਾ ਹੱਥ ਨਾਲ, ਤੇ ਉਹ ਟੱਚ ਜਿਹੜਾ ਵਾਇਰਸ ਵਾਲਾ, ਉਹ ਤੁਸੀਂ ਆਪਣੇ ਅੱਖ ਨੂੰ, ਮੂੰਹ ਨੂੰ, ਨੱਕ ਨੂੰ ਲਗਾ ਲਿਆ, ਤਾਂ ਤੁਹਾਡੇ ਅੰਦਰ ਇਹ ਬਿਮਾਰੀ ਜਿਹੜੀ ਹੈਗੀ ਉਹ ਜਾ ਸਕਦੀ ਸੀ। 2 ਗੱਲਾਂ ਸੀ, ਇਹ ਡਿਸਟੈਂਸ ਰੱਖਣਾ ਤੇ ਟੱਚ ਕਰਨਾ। ਹੋਰ ਅਗਲੀ ਗੱਲ ਉਹਦਾ ਸਵਾਲ ਸੀਗਾ ਕਿ ਜਿਹੜੀ ਤਾਂ ਤੁਸੀਂ ਡਿਸਟੈਂਸ ਬਣਾ ਕੇ ਰੱਖਣਾ, ਉਹ ਤਾਂ ਤੁਹਾਨੂੰ ਸੋਸ਼ਲ ਡਿਸਟੈਂਸ ਦੀ ਗੱਲ ਹੋਈ, ਉਹਦੇ 'ਚ ਮਾਸਕ ਦੀ ਤਾਂ ਕਦੀ ਗੱਲ ਹੀ ਨਹੀਂ ਹੋਈ ਵਿੱਚ ਕਿਸੇ ਵੀ। ਨਹੀਂ ਨਹੀਂ ਸਰ, ਮੇਰਾ ਸਵਾਲ ਬੜਾ ਸਧਾਰਨ ਹੈ। ਇਹ ਗੱਲਾਂ ਤੁਸੀਂ ਬਹੁਤ ਵਾਰ ਪਹੁੰਚਾ ਚੁੱਕੇ ਹੋ ਲੋਕਾਂ ਤੱਕ, ਮੈਂ ਤੁਹਾਡਾ ਬਹੁਤ ਰਿਣੀ ਹਾਂ। ਮੇਰਾ ਸਵਾਲ ਬੜਾ ਸਧਾਰਨ ਹੈ ਸਰ, ਘਰੇ ਬੈਠਾ ਸਾਡੇ ਕਰੋਨਾ ਕਿੱਥੇ ਵੜਿਆ ਆ, ਜਿੱਥੇ ਅਸੀਂ ਘਰੇ ਬੈਠੇ ਵਾਰ ਵਾਰ ਪਾਣੀ ਨਾਲ ਹੱਥ ਧੋਈ ਜਾਂਦੇ ਹਾਂ, ਸੈਨੀਟਾਈਜ਼ਰ ਯੂਜ਼ ਕਰੀ ਜਾਂਦੇ ਹਾਂ? ਮੇਰਾ ਸਵਾਲ ਇਹ ਹੈ ਸਰ, ਪਾਣੀ ਦੀ ਬਰਬਾਦੀ ਵੀ ਹੋ ਰਹੀ ਹੈ ਸਰ, ਮਾਨਸਿਕ ਤੌਰ 'ਤੇ ਅਸੀਂ ਦਿਵਾਲੀਏਪਣ ਵੱਲ ਜਾ ਰਹੇ ਹਾਂ ਸਰ। ਕੋਈ ਕੋਈ ਜ਼ਰੂਰਤ ਨਹੀਂ ਹੈ, ਵਾਰ ਵਾਰ ਇਹ ਗੱਲ ਕਹੀ ਹੈ। ਮੈਨੇ ਇੱਥੇ ਤੱਕ ਵੀ ਕਹਿਤਾ ਕਿ ਜਿਹੜਾ ਬੰਦਾ ਆਪਣੇ ਘਰੋਂ ਬਾਹਰ ਨਹੀਂ ਨਿਕਲਦਾ, ਉਹ ਆਪਣੇ ਘਰ ਬੈਠ ਕੇ ਜੋ ਮਰਜ਼ੀ ਕਰੇ, ਜੋ ਮਰਜ਼ੀ ਬੈਠ ਕੇ ਖਾਵੇ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈ, ਉਹਨੂੰ ਕੋਈ ਹੱਥ ਧੋਣਾ ਨਹੀਂ ਹੈ, ਕੋਈ ਮਾਸਕ ਨਹੀਂ ਲਾਉਣਾ, ਕੋਈ ਹੈਂਡ ਸੈਨੀਟਾਈਜ਼ਰ ਯੂਜ਼ ਨਹੀਂ ਕਰਨਾ,
ਜਿਹੜਾ ਬੰਦਾ ਪਿੰਡ ਚ ਵੀ ਰਹਿਣ ਵਾਲਾ ਹੈਗਾ ਅਗਰ ਉਹਦੇ ਘਰ ਕੋਈ ਨਹੀਂ ਹੈ ਉਹ ਬਾਹਰ ਆਪਣੇ ਮੱਝਾਂ ਨੂੰ ਪੱਠੇ ਪਾਉਣ ਚਲੇ ਗਿਆ ਕੋਈ ਖੇਤ ਚ ਕੰਮ ਕਰਨ ਚਲੇ ਗਿਆ ਉਹਨੂੰ ਕਰੋਨਾ ਨਹੀਂ ਚਿਮਣ ਲੱਗਿਆ ਔਰ ਉਹ ਉਹਦੇ ਉੱਥੇ ਹੈ ਕੀ ਸੀ ਉਹਨੂੰ ਕੋਈ ਗੱਲ ਸਮਝਾਈ ਗਈ ਸੀ ਕਿ ਜੇ ਤੂੰ ਬਾਹਰ ਨਿਕਲਣਾ ਥੋੜਾ ਸਾਬਣ ਨਾਲ ਹੱਥ ਧੋ ਲਈ ਜਦੋਂ ਵਾਪਸ ਆਏਗਾ ਫਿਰ ਸਾਬਣ ਨਾਲ ਹੱਥ ਧੋ ਲਈ ਜਦੋਂ ਤੁਸੀਂ ਗੱਲ ਮੰਨ ਲਈ ਨਹੀਂ ਹੈ ਔਰ ਜਿਹੜੇ ਵੱਡੇ ਵੱਡੇ ਬੰਦੇ ਆ ਜੋ ਤੁਹਾਨੂੰ ਦੱਸਿਆ ਕਿ ਉਹ ਇਦਾਂ ਦੇ ਫਿਰ ਇਹ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦੇਵਾਂਗਾ ਕਿ ਇਹ ਜਿਹੜੇ ਹੈਂਡ ਸੈਨੇਟਾਈਜ਼ਰ ਦੀ ਆਪਾਂ ਗੱਲਾਂ ਕਰਦੇ ਆ ਜਿਹਨਾਂ ਲੋਕਾਂ ਨੇ ਕਹਿੰਦੇ ਤੁਸੀਂ ਚੀਜ਼ ਦੇ ਵੀ ਦਿੱਤੀ ਨਾ ਉਹਨੂੰ ਵਰਤਣੀ ਤਾਂ ਆਉਣੀ ਚਾਹੀਦੀ ਹੈ ਇਹਦੇ ਵੀ ਖਾਸ ਵਿਧੀ ਹੈ ਜਿਹਦੇ ਨਾਲ ਤੁਸੀਂ ਹੱਥ ਧੋਣੇ ਹੁੰਦੇ ਜੇ ਕਹੋ ਤਾਂ ਮੈਂ ਇੱਕ ਮਿੰਟ ਲਾ ਕੇ ਤੁਹਾਨੂੰ ਦੱਸ ਵੀ ਦਊਂਗਾ ਵਿੱਚ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਦੱਸੋ ਤੁਸੀਂ ਇੱਕ ਵਿਧੀ ਹੈ ਅਦਰਵਾਈਜ਼ ਕੀ ਕਰਦੇ ਆ ਹਾਂਜੀ ਆ ਸੈਨੀਟਾਈਜ਼ਰ ਆਪਾਂ ਮਿਨਿਸਟਰ ਦੇਖੇ ਹੋਏ ਨੇ ਆ ਲਓ ਜੀ ਤੁਹਾਨੂੰ ਜਿਹੜਾ ਹੈਗਾ ਖੜੇ ਹੋ ਜੀ ਇੱਥੇ ਜਿਹੜਾ ਹੈਗਾ ਇੱਦਾਂ ਦਾ ਵਾਰਿਆ ਜਿਹੜਾ ਹੱਥ ਜਿਹਾ ਐਜੇ ਕੀਤਾ ਚਲੋ ਜੀ ਬਸ ਠੀਕ ਹੈ ਜੀ ਉਹ ਜਿਹੜਾ ਮਾਸਕ ਪਾਉਣਾ ਜੇ ਪਾਉਣਾ ਵੀ ਹੈ ਕਿਸੇ ਨੇ ਉਹਦਾ ਵੀ ਇੱਕ ਤਰੀਕਾ ਹੁੰਦਾ ਇੱਦਾਂ ਇੱਦਾਂ ਨਹੀਂ ਹੈ ਕਿ ਤੁਸੀਂ ਜਿਹੜੀ ਜਿਹੜੀ ਮਰਜ਼ੀ ਚੀਜ਼ ਵੰਡਿਆ ਤੇ ਇਹ ਸਿਰਫ ਤੇ ਸਿਰਫ ਜਿਹੜੀ ਹੈਗੀ ਹੈ ਪੰਜਾਬ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਵੀ ਕਰੋਨਾ ਦੇ ਨਾਂ ਦੇ ਉੱਤੇ ਸਿਆਸਤ ਹੋਈ ਹੈ ਔਰ ਕਰੋਨਾ ਦੇ ਨਾਂ ਦੇ ਉੱਤੇ ਸਵਰਗ ਲੱਭਣ ਦੀ ਕੋਸ਼ਿਸ਼ ਕੀਤੀ ਹੈ ਦੋ ਵਰਡਸ ਨੇ ਸਿਰਫ ਯਾਦ ਰੱਖ ਲਿਓ ਬਸ ਇਸ ਤੋਂ ਬਾਅਦ ਅਸੀਂ ਡਾਕਟਰਾਂ ਨੇ ਕੁਛ ਨਹੀਂ ਕਿਹਾ ਅਸੀਂ ਤਾਂ ਮੰਗਦੇ ਹਾਂ ਮਰੀਜ਼ ਨੂੰ ਠੀਕ ਕਰਨਾ ਅਸੀਂ ਮੰਗਦੇ ਹਾਂ ਕੋਈ ਸਮਾਨ ਚਾਹੀਦਾ ਸਾਨੂੰ ਕਿ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਸਾਨੂੰ ਅੱਗੋਂ ਜਿਹੜਾ ਹੈਗਾ ਉਹ ਲੰਗਰ ਦੀਆਂ ਗੱਲਾਂ ਸੁਣਾਉਂਦੇ ਆ ਸਾਨੂੰ ਅੰਦਰ ਅੱਗੇ ਅੰਦਰ ਜਿਹੜੀਆਂ ਸਾਈਡ ਸਾਈਡ ਸਾਨੂੰ ਹੀ ਸੁਣਾਈ ਜਾਂਦੇ ਆ ਮੈਂ ਤੁਹਾਨੂੰ ਇੱਕੋ ਗੱਲ ਕਹੀ ਹੁਣੇ ਅੱਜ ਤੱਕ ਕਹਿ ਕੇ ਹਟਿਆ ਥੋੜੀ ਕਿ ਇਹ ਜਿਹੜੇ IAS ਅਫਸਰ ਨੇ ਮਿਨਿਸਟਰਸ ਨੇ ਇਹ ਇਹਨਾਂ ਨੂੰ ਪਹਿਲਾਂ ਡਾਕਟਰ ਸਿਖਾਉਂਦੇ ਨੇ ਤੇ ਫਿਰ ਡਾਕਟਰਾਂ ਨੂੰ ਉਹ ਪੜਾਉਂਦੇ ਨੇ ਸਾਡਾ ਪੜਿਆ ਸਾਨੂੰ ਪੜਾਈ ਜਾਂਦੇ ਆ ਬਸ ਠੀਕ ਔਰ ਉੱਥੇ ਜਾ ਕੇ ਫਿਰ ਗਲਤ ਮੈਸੇਜ ਦਿੰਦੇ ਆ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਕਈ ਥਾਵਾਂ ਤੇ ਡਾਕਟਰਸ ਦੀ ਵੀ ਘਾਟ ਹੈਗੀ ਹੈ ਕਈ ਥਾਵਾਂ ਤੇ ਸਟਾਫ ਦੀ ਵੀ ਘਾਟ ਹੈਗੀ ਹੈ ਡਾਕਟਰ ਮੁਲਤਾਨੀ ਨੂੰ ਜੇ ਇਸ ਵੇਲੇ ਕਿਹਾ ਜਾਵੇ ਕਿ ਫੀਲਡ ਵਿੱਚ ਆਉਣਾ ਹੈ ਦੁਬਾਰਾ ਹੈ ਡਾਕਟਰ ਮੁਲਤਾਨੀ ਨੂੰ ਆਪ ਲੱਗਦਾ ਕਿ ਮੈਂ ਜਾ ਕੇ ਹੁਣ ਫੀਲਡ ਵਿੱਚ ਜਾ ਕੇ ਕੰਮ ਕਰਾਂ ਉਹਨਾਂ ਡਾਕਟਰਸ ਦੇ ਨਾਲ ਜਿਹੜੇ ਇਸ ਵੇਲੇ ਇਸ ਪੂਰੀ ਸਿਚੁਏਸ਼ਨ ਨੂੰ ਹੈਂਡਲ ਕਰ ਰਹੇ ਨੇ ਤਾਂ ਕਿ ਲੋਕ ਹੋਰ ਜ਼ਿਆਦਾ ਅਵੇਅਰ ਹੋਣ ਹਾਂ ਇਸ ਇਹ ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈਗੀ ਹੈ ਮੈਂ 33 ਸਾਲ ਦੀ ਨੌਕਰੀ ਕੀਤੀ ਹੈ 28 ਸਾਲ ਮੈਨੇ ਪਿੰਡਾਂ 'ਚ ਨੌਕਰੀ ਕੀਤੀ ਹੈ ਔਰ ਪਿੰਡ ਦੀਆਂ ਦਰੀਆਂ ਦੇ ਬੈਠ ਕੇ ਵੀ ਨੌਕਰੀ ਕੀਤੀ ਹੈ ਮੈਨੂੰ ਕੋਈ AC ਰੂਮ ਨਹੀਂ ਸੀ ਚਾਹੀਦਾ ਹੁੰਦਾ ਮੈਨੇ 6-7 ਹਸਪਤਾਲ ਨੇ ਜਿਹੜੇ ਹੈਗੇ ਆ ਸਰਕਾਰ ਨੂੰ ਬਣਾ ਕੇ ਦਿੱਤੇ ਆ ਕਰੋੜਾਂ ਰੁਪਏ ਦਾ ਲੱਖਾਂ ਰੁਪਏ ਦਾ ਜਿਹੜਾ ਦਾਨ ਦਿੱਤਾ ਹੋਇਆ 12-14 ਸਕੂਲ ਨੇ ਹੁਣ ਜਿਹੜੇ ਅਡਾਪਟ ਕੀਤੇ ਜਿਹਨਾਂ 'ਚ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਮੈਨੂੰ ਜੇ ਮੈਨੂੰ ਕੋਈ ਕਵੇ ਤਾਂ ਮੈਂ ਤਾਂ ਜਿੱਥੇ ਮਰਜ਼ੀ ਤਿਆਰ ਹੋਣਾ ਜਾਣ ਵਾਸਤੇ ਮੈਨੂੰ ਤਾਂ ਇਹ ਡਿਪਾਰਟਮੈਂਟ 'ਚੋਂ ਜਲਦੀ ਨਾਲ ਕੱਢਣ ਨੂੰ ਤਿਆਰ ਸੀਗੇ ਵੀ ਡਾਕਟਰ ਮੁਲਤਾਨੀ ਨੂੰ ਜਿੰਨੀ ਜਲਦੀ ਹੋ ਸਕਦਾ ਇਹਨੂੰ ਘਰ ਪਹੁੰਚਾ ਦਿਓ ਪਰ ਮੈਂ ਆਪ ਹੀ ਤਿਆਰ ਸੀਗਾ ਕਿਉਂਕਿ 58 ਸਾਲ ਤੋਂ ਬਾਅਦ ਮੈਂ ਸਰਕਾਰ ਨੂੰ ਵਾਰ ਵਾਰ ਕਹਿੰਦਾ ਸੀਗਾ ਕਿ ਬਾਹਰ ਪਿੱਛੇ ਜਿਹੜੀ ਬਹੁਤ ਵੱਡੀ ਇੱਕ ਜਿਹੜੀ ਯੰਗ ਪਾਪੂਲੇਸ਼ਨ ਹੈਗੀ ਹੈ ਉਹਨਾਂ ਨੂੰ ਨੌਕਰੀ ਕਰਨ ਦਿਓ 58 ਸਾਲ ਤੋਂ ਬਾਅਦ ਘਰ ਜਾਣ ਦਿਓ ਮੈਨੂੰ ਤਾਂ ਅੱਜ ਵੀ ਕਿਤੇ ਵੀ ਭੇਜ ਦੇਣਗੇ ਮੈਨੇ ਉੱਥੇ ਚਲੇ ਜਾਣਾ ਮੇਰਾ ਜਿਹੜਾ ਫੋਨ ਨੰਬਰ ਹੈ 24/7 ਥਰੂ ਸੋਸ਼ਲ ਮੀਡੀਆ ਆਉਣ ਹੀ ਰਹਿੰਦਾ ਔਰ ਸੈਂਕੜਿਆਂ ਦੇ ਹਿਸਾਬ ਨਾਲ ਮੈਨੂੰ ਫੋਨ ਆਉਂਦੇ ਨੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਬਜ਼ੁਰਗ ਬੰਦਾ ਘਰ ਆਪਣੇ ਬੈਠਾ ਹੋਇਆ ਜਲੰਧਰ ਤੋਂ ਲੁਧਿਆਣੇ ਤੂੰ ਫਿਰੋਜ਼ਪੁਰ ਤੋਂ ਮੇਰੇ ਨਾਲ ਗੱਲ ਕਰ ਲੈਂਦਾ ਰਾਤ ਨੂੰ ਵੀ ਕਰ ਲੈਂਦਾ 10 ਵਜੇ ਵੀ ਕਰ ਲੈਂਦਾ ਸਵੇਰੇ ਵੀ ਕਰ ਲੈਂਦਾ ਮੈਂ ਉਹਦੀ ਤੁਸੀਂ ਤਿਆਰ ਹੋਏ ਇਹ ਵਧੀਆ ਗੱਲ ਹੈਗੀ ਹੈ ਬਹੁਤੇ ਲੋਕਾਂ ਲਈ ਹੋ ਸਕਦਾ ਇਹ ਵੀ ਇਨਸਪੀਰੇਸ਼ਨ ਬਣੇ ਬਹੁਤ ਧੰਨਵਾਦ ਡਾਕਟਰ ਦਲੇਰ ਸਿੰਘ ਮੁਲਤਾਨੀ ਬਹੁਤ ਦਲੇਰੀ ਵਾਲੀ ਗੱਲਾਂ ਤੁਸੀਂ ਕੀਤੀਆਂ ਪਰ ਸਾਡਾ ਸਵਾਲ ਇੱਕੋ ਸੀਗਾ ਕਰੋਨਾ ਸਾਡੇ ਤੋਂ ਸਾਡੇ ਸਮਾਜ ਤੋਂ ਕੀ ਕੁਝ ਖੋ ਕੇ ਲੈ ਜਾਵੇਗਾ ਕੀ ਕੁਝ ਸਾਨੂੰ ਦੇ ਜਾਵੇਗਾ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਬਾਕੀ ਰਹਿਣਗੇ ਇਹਨਾਂ ਦੀਆਂ ਚਰਚਾਵਾਂ ਅੱਗੇ ਵੀ ਹੁੰਦੀਆਂ ਰਹਿਣਗੀਆਂ ਪਰ ਅਸੀਂ ਸਵਾਲ ਮਹੱਤਵਪੂਰਨ ਪੁੱਛਿਆ ਸੀ ਗਗਨ ਕਰੋਨਾ ਨੇ ਆਪਣੇ ਬੇਗਾਨੇ ਕਿਉਂ ਕੀਤੇ ਬੇਗਾਨੇ ਇਸ ਕਰਕੇ ਹੋਏ ਆ ਮੈਨੂੰ ਜਿੱਦ ਤੱਕ ਸਮਝ ਆਈ ਹੈ ਡਾਕਟਰ ਮੁਲਤਾਨੀ ਦੀਆਂ ਗੱਲਾਂ ਤੋਂ ਸਾਡੇ ਕੋਲ ਜਾਗਰੂਕਤਾ ਦੀ ਘਾਟ ਹੈ ਬਿਲਕੁਲ ਅਵੇਅਰਨੈਸ ਨਹੀਂ ਹੈਗੀ ਔਰ ਅਸੀਂ ਆਪਣੇ ਪਰਿਵਾਰਾਂ ਨੂੰ ਅਵੇਅਰ ਨਹੀਂ ਕਰ ਪਾ ਰਹੇ ਆਪਣੇ ਹੀ ਲੋਕ ਜਿਹੜੇ ਪੜ੍ਹੇ ਲਿਖੇ ਨੇ ਉਹ ਜਦੋਂ ਅਵੇਅਰ ਨਹੀਂ ਹੁੰਦੇ ਤਾਂ ਉਹ ਸਭ ਤੋਂ ਵੱਡਾ ਖਤਰਾ ਬਣਦੇ ਨੇ ਅਨਪੜ੍ਹ ਨੂੰ ਅਵੇਅਰਨੈਸ ਨਾ ਹੋਵੇ ਤੁਸੀਂ ਕਹਿ ਸਕਦੇ ਹੋ ਅਨਪੜ੍ਹ ਹੈਗਾ ਪੜ੍ਹਿਆ ਲਿਖਿਆ ਨਹੀਂ ਹੈਗਾ ਇਹਨੂੰ ਕੀ ਪਤਾ ਪੜ੍ਹੇ ਲਿਖੇ ਜਦੋਂ ਇਹੋ ਜਿਹੀ ਗੱਲਾਂ ਕਰਦੇ ਨੇ ਤਾਂ ਫਿਰ ਸਵਾਲ ਚੁੱਕਣੇ ਲਾਜ਼ਮੀ ਨੇ ਚਲੋ ਕੁੱਲ ਮਿਲਾ ਕੇ ਇੱਕ ਸਿੰਗਲ ਲਾਈਨ ਦੇ ਵਿੱਚ 2 ਦਾ ਪੁਆਇੰਟ ਪ੍ਰੋਗਰਾਮ ਖਤਮ ਹੋਵੇਗਾ ਸਾਇੰਸ 'ਤੇ ਵਿਸ਼ਵਾਸ ਰੱਖੋ ਬਹੁਤ ਧੰਨਵਾਦ